ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ, ਅਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਪਰਮਾਤਮਾ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਅਤੇ ਆਪਣੇ ਵੀਰਾਂ ਭਰਾਵਾਂ ਨੇ ਬਹੁਤ ਜਾਣਿਆਂ ਨੇ ਪੇਪਰ ਭਰਾਏ ਹੋਆ, ਅਤੇ ਸਾਰਿਆਂ ਦੇ ਪੇਪਰ ਜਿਹੜੇ ਆ ਉਹ ਜ਼ਰੂਰ ਨਿਕਲਣ। ਅਤੇ ਕਾਫੀ ਆਪਣੇ ਵੀਰਾਂ ਭਰਾਵਾਂ ਦੇ ਕਮੈਂਟ ਆਉਂਦੇ ਆ, ਅਤੇ ਉਹਨਾਂ ਦੇ ਕਮੈਂਟ ਵਿੱਚ ਬਹੁਤ ਸਵਾਲ ਹੁੰਦੇ ਆ ਕਿ ਪੇਪਰ ਨਿਕਲਣ ਦਾ ਇੰਨਾ ਪ੍ਰੋਸੈਸ ਜਿਹੜਾ ਇਹ ਸਲੋਅ ਕਿਉਂ ਚੱਲ ਰਿਹਾ। ਅਤੇ ਸਭ ਤੋਂ ਪਹਿਲਾਂ ਜੇ ਹੁਣ ਆਪਾਂ ਗੱਲ ਕਰ ਲਈਏ ਪੇਪਰਾਂ ਦਾ ਜਿਹੜਾ ਪ੍ਰੋਸੈਸ ਆ ਇੰਨਾ ਸਲੋਅ ਕਿਉਂ ਚੱਲ ਰਿਹਾ ਇਹ, ਕਿਉਂਕਿ ਦਸੰਬਰ ਦੇ ਵਿੱਚ ਵੀ ਜਿਹੜੇ ਪੇਪਰ ਭਰ ਹੋਏ ਸੀਗੇ, ਅਤੇ ਉਸ ਤੋਂ ਬਾਅਦ ਮਾਰਚ ਮਹੀਨੇ ਜਿਹੜੇ ਆ ਫਿਰ ਪੇਪਰ ਭਰ ਹੋ ਗਏ ਸੀਗੇ। ਅਤੇ ਜਿਵੇਂ ਕਿ ਦਸੰਬਰ ਵਾਲੇ ਪੇਪਰ ਹਜੇ ਪੂਰੇ ਨਹੀਂ ਨਿਕਲੇ ਸੀਗੇ, ਅਤੇ ਮਾਰਚ ਮਹੀਨੇ ਵਿੱਚ ਪੇਪਰ ਭਰ ਹੋਣ ਕਰਕੇ ਜਿਹੜਾ ਕੰਮ ਜਿਹੜਾ ਉਹ ਕਾਫੀ ਵੱਧ ਗਿਆ। ਅਤੇ ਦਸੰਬਰ ਵਾਲੇ ਜਿਹੜੇ ਪੇਪਰ ਆ ਉਹ ਵੀ ਕਾਫੀ ਵੀਰਾਂ ਦੇ ਜਿਹੜੇ ਹਜੇ ਤੱਕ ਵੀ ਜਿਹੜੇ ਉਹ ਨਹੀਂ ਨਿਕਲੇ, ਪਰ ਉਹ ਪੇਪਰ ਜਿਹੜੇ ਹੈਗੇ ਆ ਦਸੰਬਰ ਵਾਲੇ ਵੀ, ਭਾਵੇਂ ਉਹ 9 ਮਹੀਨੇ ਵਾਲੇ ਆ, ਸਾਲ ਵਾਲੇ ਅਤੇ ਡੋਮੈਸਟਿਕ ਪੇਪਰ, ਇਹ ਸਾਰੇ ਪੇਪਰ ਜਿਹੜੇ ਹਜੇ ਨਿਕਲ ਰਹੇ ਆ। ਅਤੇ ਇਸ ਦੇ ਨਾਲ ਹੀ ਜਿਹੜੇ ਮਾਰਚ ਵਾਲੇ ਪੇਪਰ ਆ ਉਹ ਵੀ 9 ਮਹੀਨੇ ਵਾਲੇ ਆ, ਕਾਫੀ ਪੇਪਰ ਜਿਹੜੇ ਆ ਨਿਕਲ ਵੀ ਚੁੱਕੇ ਆ, ਅਤੇ ਕਾਫੀ ਵੀਰਾਂ ਭਰਾਵਾਂ ਦੇ ਜਿਹੜੇ ਉਹ ਪੇਪਰ ਪਏ ਵੀ ਆ ਨਿਕਲਣ ਨੂੰ। ਅਤੇ ਸਾਲ ਅਤੇ ਡੋਮੈਸਟਿਕ ਵਾਲੇ ਜਿਹੜੇ ਪੇਪਰ ਆ ਉਹ ਵੀ ਨਿਕਲਣੇ ਸ਼ੁਰੂ ਹੋ ਚੁੱਕੇ ਆ। ਅਤੇ ਕਾਫੀ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਪੇਪਰ ਜਿਹੜੇ ਭਰੇ ਸੀਗੇ, ਜਿਨ੍ਹਾਂ ਦੇ ਪੂਰੇ ਪੇਪਰ ਲਾਏ ਸੀਗੇ ਏਜੰਟਾਂ ਨੇ, ਉਹਨਾਂ ਦੇ ਪੇਪਰ ਜਿਹੜੇ ਨਿਕਲ ਰਹੇ ਆ। ਅਤੇ ਪੇਪਰ ਇਸ ਕਰਕੇ ਸਲੋ ਨਿਕਲ ਰਹੇ ਆ ਕਿਉਂਕਿ ਜਿਹੜਾ ਕੰਮ ਉੱਥੇ ਕਾਫੀ ਜ਼ਿਆਦਾ ਵੱਧ ਚੁੱਕਾ ਹੈ, ਅਤੇ ਬੰਦਿਆਂ ਦੀ ਜਿਹੜੀ ਕਾਫੀ ਕਮੀ ਆ, ਅਤੇ ਇਸ ਕਰਕੇ ਪੇਪਰਾਂ ਦਾ ਜਿਹੜਾ ਟਾਈਮਿੰਗ ਜਿਹੜੀ ਆ ਕਾਫੀ ਲੱਗ ਰਹੀ ਆ ਪੇਪਰ ਕਲੀਅਰ ਕਰਨ ਦੇ ਲਈ। ਅਤੇ ਹੌਲੀ ਹੌਲੀ ਜਿਹੜਾ ਹੈਗਾ ਇਹ ਸਾਰਾ ਜਿਹੜਾ ਪੇਪਰ ਕਲੀਅਰ ਹੋਣਗੇ, ਅਤੇ ਜਿਹੜੇ ਵੀ ਇਟਲੀ ਦੇ ਵਿੱਚ ਪੱਕੇ ਆ, ਜੇਕਰ ਉਹਨਾਂ ਨੇ ਆਪਣੀ ਕੋਈ ਸੰਜੋਰ ਨੂੰ ਰੀਨਿਊ ਵਗੈਰਾ ਕਰਾਉਣੀ ਆ, ਤਾਂ ਉਹਨਾਂ ਨੂੰ ਵੀ ਜਿਹੜੀਆਂ ਬਹੁਤ ਲੰਬੀਆਂ ਲੰਬੀਆਂ ਤਰੀਕਾਂ ਮਿਲ ਰਹੀਆਂ, ਜਿਵੇਂ ਕਿ ਕਿੱਟ ਜਮ੍ਹਾਂ ਕਰਾਉਣ ਦੇ ਲਈ ਹੀ 5-5, 6-6 ਮਹੀਨੇ ਦੀਆਂ ਜਿਹੜੀਆਂ ਉਹ ਤਰੀਕਾਂ ਮਿਲ ਰਹੀਆਂ। ਅਤੇ ਉਸ ਤੋਂ ਬਾਅਦ ਫਿੰਗਰਾਂ ਦੀ, ਕਈ ਜਿਨ੍ਹਾਂ ਨੇ ਫਿੰਗਰ ਕਰਾਉਣੇ ਆ ਉਹਨਾਂ ਦੀਆਂ ਵੀ ਜਿਹੜੀ ਹੈਗੀ ਆ ਲਗਭਗ ਸਾਲ ਦੇ ਬਾਅਦ ਜਿਹੜੀ ਉਹ ਤਰੀਕ ਮਿਲ ਰਹੀ ਆ। ਅਤੇ ਹਜੇ ਜਿਹੜਾ ਆ ਕਾਫੀ ਪ੍ਰੋਸੈਸ ਜਿਹੜਾ ਲੇਟ ਚੱਲ ਰਿਹਾ ਆ ਪੇਪਰ, ਇਸ ਕਰਕੇ ਜਿਹੜੇ ਆ ਲੇਟ ਨਿਕਲ ਰਹੇ ਆ। ਅਤੇ ਜਿਹੜੇ ਵੀਰਾਂ ਨੇ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਭਰਾਏ ਹੋਆ, ਜਦੋਂ ਉਹਨਾਂ ਨੇ ਇਟਲੀ ਵਿੱਚ ਆਉਣਾ ਆ, ਤਾਂ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਟਾਈਮ ਲੱਗ ਸਕਦਾ ਪੱਕੇ ਹੋਣ ਦੇ ਲਈ, ਕਿਉਂਕਿ ਤਰੀਕਾਂ ਜਿਹੜੀਆਂ ਕਾਫੀ ਲੇਟ ਮਿਲ ਰਹੀਆਂ ਉਸ ਦੇ ਹਿਸਾਬ ਦੇ ਨਾਲ ਇਹ ਤੁਹਾਡੇ ਜਿਹੜੇ ਆ ਪੇਪਰ ਜਮ੍ਹਾਂ ਹੋਣੇ ਆ। ਅਤੇ ਹਜੇ ਜਿਹੜਾ ਆ ਕਾਫੀ ਪ੍ਰੋਸੈਸ ਇਹ ਸਲੋ ਚੱਲ ਰਿਹਾ ਆ, ਅਤੇ ਆਪਾਂ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੇ ਜਲਦੀ ਪੇਪਰ ਜਿਹੜੇ ਇਹ ਕਲੀਅਰ ਕਰ ਦਿੱਤੇ ਜਾਣ ਸਾਰੇ। ਅਤੇ ਫੇਕ ਅਪੁਆਇੰਟਮੈਂਟਾਂ ਅਤੇ ਫੇਕ ਏਜੰਟਾਂ ਕੋਲੋਂ ਜਿਹੜਾ ਤੁਸੀਂ ਥੋੜ੍ਹਾ ਜਿਹਾ ਬਚ ਕੇ ਰਿਹੋ, ਕਿਉਂਕਿ ਕਾਫੀ ਏਜੰਟ ਆ ਜਿਹੜੇ ਬਿਨਾਂ ਦੇ ਨੂਲੇ ਵਾਸਤੇ ਨਿਕਲ ਚੁੱਕੇ ਆ, ਅਤੇ ਉਹਨਾਂ ਨੂੰ ਕਹਿ ਰਿਹਾ ਕਿ ਉਹ ਉਹਨਾਂ ਨੂੰ ਅਪੁਆਇੰਟਮੈਂਟਾਂ ਲੈ ਦੂਗੇ, ਉਹਨਾਂ ਨੂੰ 40,000 ਰੁਪਈਆ ਦੇ ਦਿਓ, 50,000 ਰੁਪਈਆ ਦੇ ਦਿਓ, ਅਤੇ ਕਾਫੀ ਪੈਸੇ ਮੰਗ ਰਹੇ ਏਜੰਟ। ਅਤੇ ਹਜੇ ਅਪੁਆਇੰਟਮੈਂਟਾਂ ਜਿਹੜੀਆਂ ਹੈਗੀਆਂ ਉਹ ਨਹੀਂ ਓਪਨ ਹੋਈਆਂ, ਅਤੇ ਜਦ ਅਪੁਆਇੰਟਮੈਂਟਾਂ ਓਪਨ ਹੁੰਦੀਆਂ ਤਾਂ ਤੁਸੀਂ ਆਪ ਵੀ ਜਿਹੜੀਆਂ ਅਪੁਆਇੰਟਮੈਂਟ ਔਨਲਾਈਨ ਵੀ ਚੱਕ ਸਕਦੇ ਆ। ਅਤੇ ਬਾਕੀ ਫੇਕ ਏਜੰਟਾਂ ਕੋਲੋਂ ਥੋੜ੍ਹਾ ਜਿਹਾ ਬਚ ਕੇ ਰਿਹੋ, ਕਿਉਂਕਿ ਅਪੁਆਇੰਟਮੈਂਟਾਂ ਜਿਹੜੀਆਂ ਉਹ ਫੇਕ ਵੀ ਹੋ ਸਕਦੀਆਂ, ਅਤੇ ਇਹਦੇ ਨਾਲ ਤੁਹਾਡੇ ਜਿਹੜੇ ਆ ਕਾਫੀ ਪੈਸੇ ਖਰਾਬ ਹੋਣ ਦਾ ਵੀ ਡਰ ਆ, ਅਤੇ ਬਾਅਦ ਦੇ ਵਿੱਚ ਜਿਹੜੀ ਆ ਕਾਫੀ ਪ੍ਰੋਬਲਮ ਆ ਸਕਦੀ ਆ। ਅਤੇ ਹਜੇ ਜਿਹੜੀਆਂ ਇਹ ਅਪੁਆਇੰਟਮੈਂਟਾਂ ਆ ਨਹੀਂ ਓਪਨ ਹੋਈਆਂ, ਅਤੇ ਜਦ ਵੀ ਅਪੁਆਇੰਟਮੈਂਟਾਂ ਓਪਨ ਹੁੰਦੀਆਂ ਤਾਂ ਆਪਾਂ ਜਿਹੜਾ ਤੁਹਾਡੇ ਨਾਲ ਜੋ ਜ਼ਰੂਰ ਸ਼ੇਅਰ ਕਰਾਂਗੇ। ਅਤੇ ਇਸ ਕਰਕੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਆਏ ਸੀਗੇ, ਤਾਂ ਸਭ ਤੋਂ ਪਹਿਲਾਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਘੰਟੀ ਵਾਲੇ ਜਿਹੜਾ ਬਟਨ ਨੂੰ ਆ ਉਹਨੂੰ ਆਲ 'ਤੇ ਜ਼ਰੂਰ ਪ੍ਰੈਸ ਕਰ ਲਿਓ, ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ, ਅਤੇ ਨਵੀਂ ਤੋਂ ਨਵੀਂ ਅਪਡੇਟ ਜਿਹੜੀ ਆ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਅਤੇ ਵੀਡੀਓ ਵਧੀਆ ਲੱਗੀ ਲਾਈਕ ਜਿਹੜਾ ਉਹ ਜ਼ਰੂਰ ਕਰ ਦਿਆ ਕਰੋ, ਅਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਵਾਬ ਪੁੱਛ ਸਕਦੇ ਆ, ਅਤੇ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਕਮੈਂਟ ਦਾ ਜਿਹੜਾ ਉਹ ਵੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਆ ਕਰੋ, ਕਿਉਂਕਿ ਜੇਕਰ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕੀਤਾ ਆ, ਤਾਂ ਤੁਹਾਡੇ ਕਮੈਂਟ ਦਾ ਜਵਾਬ ਵੀ ਜਿਹੜਾ ਵੀਡੀਓ ਦੇ ਵਿੱਚ ਹੋ ਸਕਦਾ, ਅਤੇ ਤੁਹਾਨੂੰ ਵੀ ਜਿਹੜੀ ਆ ਕੋਈ ਨਾ ਕੋਈ ਇਨਫੋਰਮੇਸ਼ਨ ਜਿਹੜੀ ਤੁਹਾਡੇ ਰਿਲੇਟਡ ਉਹ ਜ਼ਰੂਰ ਮਿਲ ਸਕਦੀ ਆ। ਇਸ ਕਰਕੇ ਵੀਡੀਓ ਨੂੰ ਲਾਸਟ ਤੱਕ ਜਿਹੜਾ ਉਹ ਜ਼ਰੂਰ ਦੇਖਿਆ ਕਰੋ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਹੁਣ ਆਪਾਂ ਚੱਲਦੇ ਹਾਂ ਵੀਡੀਓ ਦੇ ਅੱਗੇ,
ਅਤੇ ਕਾਫੀ ਆਪਣੇ ਵੀਰਾਂ ਭਰਾਵਾਂ ਨੇ ਜਿਹੜੇ ਹੈਗੇ ਆ ਪੇਪਰ ਭਰਾਏ ਆ, ਭਾਵੇਂ ਉਹ ਡੋਮੈਸਟਿਕ ਪੇਪਰ ਆ, ਭਾਵੇਂ ਉਹ 9 ਮਹੀਨੇ ਵਾਲੇ ਆ, ਅਤੇ ਭਾਵੇਂ ਉਹ ਸਾਲ ਵਾਲੇ ਪੇਪਰ ਆ, ਅਤੇ ਕਾਫੀ ਵੀਰਾਂ ਦੇ ਸਵਾਲ ਆਉਂਦੇ ਆ ਕਿ ਹੁਣ ਉਹ ਜਿਹੜੇ ਆ ਕਦੋਂ ਪੇਪਰ ਭਰਵਾ ਸਕਦੇ ਆ। ਅਤੇ ਜੇਕਰ ਹੁਣ ਤੁਸੀਂ ਪੇਪਰ ਭਰਾਉਣੇ ਆ ਤਾਂ ਕਾਫੀ ਏਜੰਟ ਤੁਹਾਨੂੰ ਕਹਿਣਗੇ ਕਿ ਸਾਨੂੰ ਪੈਸੇ ਦੇ ਦਿਓ, ਅਸੀਂ ਤੁਹਾਡੇ ਜਿਹੜੇ ਹੈਗੇ ਉਹ ਪੇਪਰ ਭਰ ਦੇਵਾਂਗੇ। ਅਤੇ ਤੁਸੀਂ ਇਹ ਵਾਲੇ ਪੇਪਰ ਜਿਹੜੇ 2024 ਮਾਰਚ ਮਹੀਨੇ ਦੇ ਵਿੱਚ ਓਪਨ ਹੋਏ ਸੀਗੇ, ਇਹ ਤੁਸੀਂ 31 ਦਸੰਬਰ 2024 ਤੱਕ ਇਹ ਵਾਲੇ ਪੇਪਰ ਭਰਵਾ ਸਕਦੇ ਆ। ਪਰ ਹੁਣ ਇਹ ਪੇਪਰ ਭਰਨ ਦਾ ਜਿਹੜਾ ਕੋਈ ਵੀ ਫਾਇਦਾ ਨਹੀਂ ਹੋਣਾ, ਕਿਉਂਕਿ ਜਿਹੜੇ ਇਹ ਪੇਪਰ ਆ ਕੋਟੇ ਵਿੱਚ ਆਉਣ ਦੇ ਜਿਹੜੇ ਚਾਂਸ ਆ 0% ਰਹਿ ਜਾਂਦੇ ਆ, ਕਿਉਂਕਿ ਕੋਟਾ ਜਿਹੜਾ ਆ ਕੁਝ ਕੁ ਮਿੰਟਾਂ ਦੇ ਵਿੱਚ ਜਿਹੜਾ ਉਹ ਪੂਰਾ ਹੋ ਜਾਂਦਾ ਆ। ਅਤੇ ਇਸ ਕਰਕੇ ਜੇਕਰ ਹੁਣ ਤੁਸੀਂ ਆਪਣੇ ਪੇਪਰ ਭਰਾਉਣੇ ਆ ਤਾਂ ਤੁਹਾਨੂੰ ਜਿਹੜੀ ਆ 2025 ਤੱਕ ਦੀ ਵੇਟ ਕਰਨੀ ਪਊਗੀ। ਅਤੇ 2025 ਦੇ ਵਿੱਚ ਇਹ ਦੁਬਾਰਾ 'ਚ ਹੀ ਫਿਰ ਪੇਪਰ ਓਪਨ ਹੋਣਗੇ, ਅਤੇ ਉਸ ਬਾਅਦ ਜਿਹੜਾ ਕੋਟਾ ਆ ਸਭ ਤੋਂ ਜ਼ਿਆਦਾ ਹੋਊਗਾ 2023 ਅਤੇ 2024 ਨਾਲੋਂ, ਜਿਹੜਾ ਸਭ ਤੋਂ ਜ਼ਿਆਦਾ ਕੋਟਾ 2025 ਵਿੱਚ ਹੋਊਗਾ। ਅਤੇ ਪੇਪਰ ਜਿਹੜੇ ਹੈਗੇ ਆ ਫਰਵਰੀ ਮਹੀਨੇ ਜਾਂ ਫਿਰ ਮਾਰਚ ਮਹੀਨੇ ਜਿਹੜੇ ਆ ਓਪਨ ਹੋ ਸਕਦੇ 2025 ਦੇ ਵਿੱਚ, ਅਤੇ ਉਦੋਂ ਤੱਕ ਜਿਹੜੀ ਹੁਣ ਤੁਹਾਨੂੰ ਵੇਟ ਕਰਨੀ ਪਊਗੀ, ਅਤੇ 2025 ਵਿੱਚ ਤੁਸੀਂ ਆਪਣੇ ਜਿਹੜੇ ਉਹ ਪੇਪਰ ਭਰਵਾ ਸਕਦੇ ਆ। ਅਤੇ ਜੇਕਰ ਤੁਹਾਡਾ ਏਜੰਟ ਤੁਹਾਨੂੰ ਕਹਿੰਦਾ ਹੈਗਾ ਆ ਕਿ ਤੁਸੀਂ ਪੈਸੇ ਦੇ ਦਿਓ ਅਤੇ ਅਸੀਂ ਹੁਣ ਤੁਹਾਡੇ ਜਿਹੜੇ ਉਹ ਪੇਪਰ ਭਰ ਦੇਵਾਂਗੇ, ਤਾਂ ਇੱਦਾਂ ਦੇ ਏਜੰਟਾਂ ਕੋਲੋਂ ਤੁਸੀਂ ਥੋੜ੍ਹਾ ਜਿਹਾ ਬਚ ਕੇ ਰਿਹਾ ਕਰੋ, ਕਿਉਂਕਿ ਹੋ ਸਕਦਾ ਉਹ ਤੁਹਾਡੇ ਕੋਲੋਂ ਪੈਸੇ ਲੈ ਕੇ ਰੱਖ ਲਵੇ ਅਤੇ ਤੁਹਾਡੇ ਜਿਹੜੇ ਪੇਪਰ ਆ ਉਹ ਨਾ ਵੀ ਭਰੇ, ਅਤੇ ਬਾਅਦ ਦੇ ਵਿੱਚ ਕਈ ਏਜੰਟ ਜਿਹੜੇ ਆ ਉਹ ਪੈਸੇ ਵੀ ਜਿਹੜੇ ਵਾਪਸ ਨਹੀਂ ਕਰਦੇ। ਅਤੇ ਇਸ ਤਰ੍ਹਾਂ ਦੇ ਏਜੰਟਾਂ ਕੋਲੋਂ ਤੁਸੀਂ ਬਚ ਕੇ ਰਿਹਾ ਕਰੋ। ਅਤੇ ਜੇਕਰ ਹੁਣ ਤੁਸੀਂ ਪੇਪਰ ਭਰਾਉਣੇ ਆ ਤਾਂ ਹੁਣ ਤੁਹਾਨੂੰ ਜਿਹੜੀ ਆ ਉਹ ਵੇਟ ਕਰਨੀ ਪਊਗੀ 2025 ਵਾਲੀ, ਅਤੇ 2025 ਦੇ ਵਿੱਚ ਕੋਟਾ ਜਿਹੜਾ ਕਾਫੀ ਜ਼ਿਆਦਾ ਆ, ਅਤੇ ਉਸ ਬਾਅਦ ਤੁਸੀਂ ਆਪਣੇ ਜਿਹੜੇ ਪੇਪਰ ਭਰਵਾ ਸਕਦੇ ਆ। ਅਤੇ 2025 ਦੇ ਵਿੱਚ ਵੀ ਸਾਲ ਵਾਲੇ ਪੇਪਰ ਵੀ ਖੁੱਲ੍ਹਣਗੇ, ਡੋਮੈਸਟਿਕ ਪੇਪਰ ਵੀ ਖੁੱਲ੍ਹਣਗੇ, ਅਤੇ 9 ਮਹੀਨੇ ਵਾਲੇ ਜਿਹੜੇ ਪੇਪਰ ਉਹ ਵੀ ਖੁੱਲ੍ਹਣਗੇ, ਅਤੇ ਤੁਸੀਂ ਉਸ ਬਾਅਦ ਜਿਹੜੇ ਆ ਕੋਈ ਵੀ ਇਹ ਪੇਪਰ ਭਰਵਾ ਸਕਦੇ ਆ। ਅਤੇ ਜਿਵੇਂ ਕਿ 2023 ਦੇ ਵਿੱਚ ਇਹ ਟੋਟਲ ਪੇਪਰਾਂ ਦਾ ਕੋਟਾ ਸੀਗਾ 1,36,000, ਭਾਵੇਂ ਉਹ ਡੋਮੈਸਟਿਕ ਸੀ, ਭਾਵੇਂ ਸਾਲ ਵਾਲੇ ਸੀ, ਭਾਵੇਂ ਉਹ 9 ਮਹੀਨੇ ਵਾਲੇ ਸੀਗੇ, ਟੋਟਲ ਕੋਟਾ 1,36,000 ਸੀ 2023 ਦੇ ਵਿੱਚ। ਅਤੇ 2024 ਦੇ ਵਿੱਚ ਇਹ ਵੱਧ ਕੇ ਕੋਟਾ ਹੋ ਗਿਆ 1,51,000, ਅਤੇ 2025 ਦੇ ਵਿੱਚ ਇਹ ਕੋਟਾ ਜਿਹੜਾ ਆ ਵੱਧ ਕੇ ਹੋਜੂਗਾ 1,65,000, ਅਤੇ ਕਾਫੀ ਚਾਂਸ ਹੋਣਗੇ ਪੇਪਰ ਉਦੋਂ ਨਿਕਲਣ ਦੇ 2025 ਦੇ ਵਿੱਚ। ਅਤੇ 2025 ਦੇ ਵਿੱਚ ਸਾਲ ਵਾਲੇ ਪੇਪਰਾਂ ਦੇ ਲਈ ਕੋਟਾ ਹੋਊਗਾ 71,450, ਅਤੇ ਜਿਹੜੇ ਡੋਮੈਸਟਿਕ ਪੇਪਰ ਭਰਾਉਣੇ ਆ ਉਹਨਾਂ ਦਾ ਕੋਟਾ ਹੈਗਾ ਜੀ 2025 ਦੇ ਲਈ 9,500, ਅਤੇ ਉਸ ਤੋਂ ਬਾਅਦ ਜਿਹੜੇ ਵੀਰਾਂ ਨੇ 9 ਮਹੀਨੇ ਵਾਲੇ ਪੇਪਰ ਭਰਾਉਣੇ ਆ, ਇਸ ਦਾ ਕੋਟਾ ਜਿਹੜਾ ਸਭ ਤੋਂ ਜ਼ਿਆਦਾ ਆ ਇਹ ਹੈਗਾ ਜੀ 93,550, ਅਤੇ ਕਾਫੀ ਕੋਟਾ ਆ ਅਤੇ ਕਾਫੀ ਚਾਂਸ ਬਣ ਜਾਂਦੇ ਆ ਇਸ ਤਰੀਕੇ ਨਾਲ ਪੇਪਰ ਨਿਕਲਣ ਦੇ। ਅਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜਿਹੜੇ ਵੀਰਾਂ ਨੇ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਭਰਾਏ ਉਹ, ਉਹਨਾਂ ਦੇ ਜਿਹੜੇ ਕਾਫੀ ਕਮੈਂਟ ਆਉਂਦੇ ਆ ਕਿ ਇਹ ਜਿਹੜੇ ਪੇਪਰ ਆ ਕਦੋਂ ਕੁ ਤੱਕ ਜਿਹੜੇ ਇਹ ਨਿਕਲ ਜਾਊਗੇ। ਅਤੇ ਇਹ ਜਿਹੜੇ ਪੇਪਰ ਜਿਹੜੇ ਵੀਰਾਂ ਦੇ ਮਾਲਕਾਂ ਨੇ ਪੂਰੇ ਪੇਪਰ ਜਿਹੜੇ ਆਪਣੇ ਲਾਇਓ ਆ ਪੇਪਰ ਭਰਨ ਦੇ ਸਮੇਂ, ਜਿਵੇਂ ਕਿ ਜਿਹੜੇ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਹੁੰਦੇ, ਇਹਨਾਂ ਨਾਲ ਜਿਹੜੇ ਹੋਰ ਵੀ ਪੇਪਰ ਜਿਹੜੇ ਆ ਲਾਉਣੇ ਪੈਂਦੇ ਆ, ਅਤੇ ਜਿਨ੍ਹਾਂ ਦੇ ਏਜੰਟਾਂ ਨੇ ਪੂਰੇ ਪੇਪਰ ਲਾਇਓ ਆ ਪੇਪਰ ਜਮ੍ਹਾਂ ਕਰਾਉਣ ਦੇ ਸਮੇਂ ਪੇਪਰ ਭਰਨ ਵੇਲੇ, ਅਤੇ ਉਹਨਾਂ ਦੇ ਪੇਪਰ ਜਿਹੜੇ ਆ ਕਾਫੀ ਵੀਰਾਂ ਦੇ ਜਿਹੜੇ ਉਹ ਨਿਕਲਣੇ ਸ਼ੁਰੂ ਹੋ ਚੁੱਕੇ ਆ, ਅਤੇ ਕਾਫੀ ਵੀਰਾਂ ਨੂੰ ਜਿਹੜੇ ਨੂਲੇ ਉਸ 'ਤੇ ਮਿਲ ਵੀ ਰਹੇ ਆ, ਅਤੇ ਜਿਨ੍ਹਾਂ ਨੇ ਹਜੇ ਪੂਰੇ ਪੇਪਰ ਪਹਿਲਾਂ ਨਹੀਂ ਲਾਏ ਸੀਗੇ, ਅਤੇ ਉਹਨਾਂ ਨੂੰ ਜਿਹੜੀਆਂ ਮੇਲਾਂ ਆ ਰਹੀਆਂ ਆ ਕਿ ਪੇਪਰ ਜਿਹੜੇ ਆਪਣੇ ਜਮ੍ਹਾਂ ਕਰਾਓ, ਅਤੇ ਉਸ ਤੋਂ ਬਾਅਦ ਪੇਪਰਾਂ ਦੀ ਜਿਹੜੀ ਇਹ ਇਨਕੁਆਇਰੀ ਚੱਲੂਗੀ, ਅਤੇ ਉਸ ਤੋਂ ਬਾਅਦ ਤੁਹਾਨੂੰ ਇਹ ਪੇਪਰ ਮਿਲੂਗੇ। ਅਤੇ ਪੇਪਰ ਆ ਜਿਹੜੇ ਉਹ ਪੱਕੇ ਹੁੰਦੇ ਆ, ਪੱਕੇ ਤੌਰ 'ਤੇ ਤੁਸੀਂ ਇਟਲੀ ਦੇ ਵਿੱਚ ਆਉਣਾ ਹੁੰਦਾ, ਅਤੇ ਇਸ ਕਰਕੇ ਥੋੜ੍ਹਾ ਜਿਹਾ ਸਮਾਂ ਲੱਗ ਜਾਂਦਾ ਹੁੰਦਾ ਇਹਨਾਂ ਨੂੰ ਨਿਕਲਣ ਨੂੰ। ਅਤੇ ਕਈ ਵਾਰ ਤਾਂ ਇਹ ਪੇਪਰ ਜਿਹੜੇ ਆ ਉਹ ਜਲਦੀ ਵੀ ਨਿਕਲ ਜਾਂਦੇ ਆ, ਅਤੇ ਕਈ ਵਾਰ ਇਹ ਪੇਪਰ ਜਿਹੜੇ ਆ ਸਾਲ ਬਾਅਦ ਵੀ ਜਾ ਕੇ ਨਿਕਲਦੇ ਆ। ਅਤੇ ਜੇਕਰ ਤੁਹਾਡੇ ਪੇਪਰ ਕੋਟੇ ਵਿੱਚ ਆਏ ਆ ਤਾਂ ਤੁਹਾਡੇ ਜਿਹੜੇ ਆ ਪੇਪਰ ਉਹ ਜ਼ਰੂਰ ਨਿਕਲਦੇ ਆ। ਅਤੇ ਇਸ ਤੋਂ ਬਾਅਦ ਇੱਕ ਜ਼ਰੂਰੀ ਸੂਚਨਾ ਆ, ਜਿਨ੍ਹਾਂ ਵੀਰਾਂ ਦੇ ਨੂਲੇ ਉਸ 'ਤੇ ਜਿਹੜੇ ਉਹ ਨਿਕਲ ਰਹੇ ਆ, ਅਤੇ ਉਹਨਾਂ ਦੇ ਲਈ ਇਹ ਜ਼ਰੂਰੀ ਗੱਲ ਆ ਕਿ ਜਦੋਂ ਵੀ ਤੁਸੀਂ ਆਪਣੇ ਏਜੰਟ ਕੋਲੋਂ ਨੂਲਾ ਉਸਤਾ ਲੈਂਦੇ ਹੁੰਦੇ ਆ, ਤਾਂ ਹੁਣ ਜਿਹੜੇ ਆ ਜਿਵੇਂ ਕਿ ਨਿਊ ਰਿਕੁਆਇਰਮੈਂਟ ਸੀਗੀ ਅੰਬੈਸੀ ਦੀ,
ਜਿਵੇਂ ਕਿ ਦਿਕਰਾ ਸਿਉਨੀ ਹੋ ਗਈ, ਮਾਲਕ ਦੀ ਫੇਸ ਆਈ ਡੀ ਹੋ ਗਈ, ਸੀਸ ਟੈਗ ਵਾਲਾ ਜਿਹੜਾ ਪੇਪਰ ਆ ਇਹ ਤੁਹਾਨੂੰ 9 ਮਹੀਨੇ ਵਾਲੇ ਪੇਪਰਾਂ ਦੇ ਲਈ ਚਾਹੀਦਾ ਆ, ਅਤੇ ਜਿਹੜਾ B2020 ਹੋ ਗਿਆ ਉਹ ਤੁਹਾਨੂੰ ਸਾਲ ਵਾਲੇ ਪੇਪਰਾਂ ਦੇ ਲਈ ਚਾਹੀਦਾ ਆ, ਅਤੇ ਉਸ ਤੋਂ ਬਾਅਦ ਜਿਹੜਾ ਦੂਜਾ ਪੇਪਰ ਆ A20, ਅਤੇ ਉਹ ਵਾਲਾ ਪੇਪਰ ਜਿਹੜਾ ਹੈਗਾ ਤੁਹਾਨੂੰ ਡੋਮੈਸਟਿਕ ਵਾਲਿਆਂ ਦੇ ਲਈ ਚਾਹੀਦਾ ਆ, ਅਤੇ ਇਹ ਵਾਲਾ ਪੇਪਰ ਤੁਸੀਂ ਜਿਹੜਾ ਆਪਣੇ ਏਜੰਟ ਕੋਲੋਂ ਜ਼ਰੂਰ ਲੈ ਲਿਓ ਪੈਸੇ ਦੇਣ ਤੋਂ ਪਹਿਲਾਂ, ਕਿਉਂਕਿ ਜੇਕਰ ਤੁਸੀਂ ਆਪਣੇ ਏਜੰਟ ਨੂੰ ਪੈਸੇ ਦੇ ਦਿੱਤੇ ਅਤੇ ਬਾਅਦ ਦੇ ਵਿੱਚ ਉਹਨੇ ਇਹ ਪੇਪਰ ਤੁਹਾਨੂੰ ਨਹੀਂ ਦੇਣਾ, ਅਤੇ ਇਸ ਕਰਕੇ ਜਿਹੜਾ ਤੁਸੀਂ ਇਹ ਪੇਪਰ ਪਹਿਲੇ ਲੈ ਲਿਓ, ਕਿਉਂਕਿ ਹੁਣ ਜਿਹੜੀ ਕਾਫੀ ਪ੍ਰੋਬਲਮ ਆ ਰਹੀ ਆ ਕਈ ਵੀਰਾਂ ਨੂੰ ਅੰਬੈਸੀ ਦੇ ਵਿੱਚ ਆਪਣੀ ਫਾਈਲ ਜਮ੍ਹਾਂ ਕਰਾਉਣ ਦੇ ਲਈ, ਅਤੇ ਜਿਹੜੇ ਵੀਰਾਂ ਨੇ ਪਹਿਲਾਂ ਇਹ ਨਹੀਂ ਪੇਪਰ ਜਮ੍ਹਾਂ ਕਰਾਇਆ ਸੀਗਾ ਅਤੇ ਹੁਣ ਉਹਨਾਂ ਨੂੰ ਜਿਹੜੀਆਂ ਮੇਲਾਂ ਆ ਰਹੀਆਂ ਅੰਬੈਸੀ ਵੱਲੋਂ ਕਿ ਇਹ ਵਾਲਾ ਪੇਪਰ ਵੀ ਜਿਹੜਾ ਤੁਸੀਂ ਜਮ੍ਹਾਂ ਕਰਾਓ, ਅਤੇ ਇਸ ਕਰਕੇ ਜਦੋਂ ਵੀ ਤੁਹਾਡਾ ਨੂਲਾ ਉਸਤਾ ਨਿਕਲਦਾ ਤਾਂ ਤੁਸੀਂ ਆਪਣੇ ਏਜੰਟ ਕੋਲੋਂ ਇਹ ਪੇਪਰ ਜਿਹੜੇ ਉਹ ਜ਼ਰੂਰ ਲੈ ਲਿਓ, ਤਾਂ ਜੋ ਬਾਅਦ ਦੇ ਵਿੱਚ ਤੁਹਾਨੂੰ ਜਿਹੜੀ ਆ ਕੋਈ ਵੀ ਪ੍ਰੋਬਲਮ ਅੰਬੈਸੀ ਦੇ ਵਿੱਚ ਜਾ ਕੇ ਨਾ ਆਵੇ। ਅਤੇ ਇਸ ਤੋਂ ਬਾਅਦ ਹੁਣ ਆਪਾਂ ਵੱਧਦੇ ਹੈਗੇ ਆ ਜੀ ਤੁਹਾਡੇ ਦੁਆਰਾ ਜਿਹੜੇ ਕੀਤੇ ਜਾਂਦੇ ਆ ਵੀਡੀਓ ਦੇ ਥੱਲੇ ਕਮੈਂਟ, ਅਤੇ ਜੇਕਰ ਤੁਸੀਂ ਵੀ ਇਟਲੀ ਦੇ ਵਿੱਚ ਆ ਰਹੇ ਆ ਤਾਂ ਇੱਥੇ ਆ ਕੇ ਤੁਹਾਡੇ ਲਈ ਜਿਹੜੀਆਂ ਦੋ ਚੀਜ਼ਾਂ ਸਭ ਤੋਂ ਇੰਪੋਰਟੈਂਟ ਆ, ਅਤੇ ਸਭ ਤੋਂ ਪਹਿਲੀ ਚੀਜ਼ ਹੈਗੀ ਆ ਤੁਹਾਡੇ ਪੇਪਰ ਬਣਨੇ, ਅਤੇ ਦੂਜੀ ਤੁਹਾਨੂੰ ਲੈਂਗੁਏਜ ਆਉਣੀ ਬਹੁਤ ਜ਼ਰੂਰੀ ਆ, ਤਾਂ ਜੋ ਇੱਥੇ ਤੁਸੀਂ ਕਿਸੇ ਨਾਲ ਗੱਲਬਾਤ ਕਰ ਸਕੋ ਅਤੇ ਸਹੀ ਤਰੀਕੇ ਨਾਲ ਜਿਹੜਾ ਕੰਮ ਕਰ ਸਕੋ ਅਤੇ ਸਮਝ ਸਕੋ। ਅਤੇ ਜੇਕਰ ਤੁਸੀਂ ਵੀ ਸਿੱਖਣਾ ਚਾਹੁੰਦੇ ਆ ਇਟਾਲੀਅਨ ਲੈਂਗੁਏਜ ਤਾਂ ਆਪਾਂ ਜਿਹੜਾ ਸਪੈਸ਼ਲ ਤੁਹਾਡੇ ਲਈ ਇੱਕ ਚੈਨਲ ਬਣਾਇਆ ਆ ਜਿਹਦਾ ਨਾਮ ਹੈਗਾ ਇਟਾਲੀਅਨ ਪੰਜਾਬੀ, ਅਤੇ ਉਸ ਚੈਨਲ ਦਾ ਜਿਹੜਾ ਲਿੰਕ ਹੈ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਹੈ, ਅਤੇ ਤੁਸੀਂ ਜਾ ਕੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਆ, ਅਤੇ ਉੱਥੇ ਇਟਾਲੀਅਨ ਲੈਂਗੁਏਜ ਜਿਹੜੀ ਉਹ ਪੰਜਾਬੀ ਦੇ ਵਿੱਚ ਸਿੱਖ ਸਕਦੇ ਆ। ਅਤੇ ਵੀਡੀਓ ਦੇ ਵਿੱਚ ਆਪਾਂ ਕਾਫੀ ਜਿਹੜੇ ਕਮੈਂਟਾਂ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹੁੰਦੇ ਹਾਂ, ਪਰ ਜੇਕਰ ਤੁਹਾਡੇ ਕਮੈਂਟ ਦਾ ਜਵਾਬ ਵੀਡੀਓ ਦੇ ਵਿੱਚ ਨਹੀਂ ਹੈਗਾ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਤੇ ਜਾ ਕੇ ਫੋਲੋ ਕਰਕੇ ਉੱਥੇ ਜਾ ਕੇ ਮੈਸੇਜ ਦੇ ਵਿੱਚ ਕੋਈ ਵੀ ਆਪਣਾ ਸਵਾਲ ਜਵਾਬ ਜਿਹੜਾ ਪੁੱਛ ਸਕਦੇ ਆ, ਅਤੇ ਉਹਦਾ ਵੀ ਲਿੰਕ ਜਿਹੜਾ ਹੈਗਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ, ਅਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ। ਅਤੇ ਹੁਣ ਚੱਲਦੇ ਆ ਆਪਾਂ ਦੇਖਦੇ ਆ ਤੁਹਾਡੇ ਦੁਆਰਾ ਜਿਹੜੇ ਕੀਤੇ ਜਾਂਦੇ ਵੀਡੀਓ ਦੇ ਥੱਲੇ ਕਮੈਂਟ। ਅਤੇ ਸਭ ਤੋਂ ਪਹਿਲਾ ਕਮੈਂਟ ਹੈਗਾ ਜੀ ਕੋਈ ਪਾਕਿਸਤਾਨੀ ਵੀਰ ਆ, ਅਤੇ ਇਹਨਾਂ ਦਾ ਨਾਮ ਹੈਗਾ ਜਸੀਰ ਚੇਚੀ, ਅਤੇ ਇਹਨਾਂ ਦਾ ਨਾਮ ਹੈਗਾ ਆ ਜਸੀਰ ਮੁਹੰਮਦ, ਅਤੇ ਕਹਿੰਦੇ ਹੈਗੇ ਆ 18/3/2024 ਨੂੰ ਇਹਨਾਂ ਦੇ ਜਿਹੜੇ ਪੇਪਰ ਭਰ ਹੋਏ ਸੀਗੇ ਸਾਲ ਵਾਲੇ, ਅਤੇ ਟਾਈਮਿੰਗ ਹੈਗੀ ਆ 9:17:48, ਸਿਟੀ ਹੈਗੀ ਆ ਬਰੇਸੇ, ਬਰੇਸੇ ਤੋਂ ਇਹਨਾਂ ਦੇ ਜਿਹੜੇ ਪੇਪਰ ਭਰ ਹੋਏ ਸੀਗੇ। ਕਹਿੰਦੇ ਦੱਸਿਓ ਤਾਂ ਚਾਂਸ ਹੈਗੇ ਪੇਪਰ ਨਿਕਲਣ ਦੇ ਜਾਂ ਨਹੀਂ, ਅਤੇ ਜਿਹੜੇ ਸਾਲ ਵਾਲੇ ਪੇਪਰਾਂ ਦੇ ਲਈ ਬਰੇਸੇ ਤੋਂ ਕੋਟਾ ਹੈਗਾ ਜੀ 350, ਅਤੇ ਟਾਈਮਿੰਗ ਜਿਹੜੀ ਆ ਤੁਹਾਡੀ ਉਹ ਥੋੜ੍ਹੀ ਜਿਹੀ ਲੇਟ ਜ਼ਰੂਰ ਆ, ਪਰ ਹੁਣ ਸਿਰਫ ਤੁਹਾਡਾ ਇਹ ਕਿਸਮਤ ਦੇ ਉੱਤੇ ਡਿਪੈਂਡ ਕਰਦਾ ਆ, ਕਿਉਂਕਿ ਟਾਈਮਿੰਗ ਥੋੜ੍ਹੀ ਜਿਹੀ ਲੇਟ ਆ ਅਤੇ ਕੋਟਾ ਜਿਹੜਾ ਉਹ ਵੀ ਕਾਫੀ ਘੱਟ ਆ। ਅਤੇ ਇੱਕ ਵਾਰ ਆਪਣੇ ਏਜੰਟ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਕਿ ਤੁਹਾਡਾ ਨਾਂ ਕੋਟੇ ਵਿੱਚ ਆਇਆ ਆ ਜਾਂ ਨਹੀਂ ਆਇਆ, ਕਿਉਂਕਿ ਆਪਾਂ ਜਿਹੜੀ ਹੈਗੀ ਆ ਤੁਹਾਨੂੰ ਬਿਲਕੁਲ ਸਹੀ ਇਨਫੋਰਮੇਸ਼ਨ ਦੇਣੀ ਹੁੰਦੀ, ਆਪਾਂ ਤੁਹਾਨੂੰ ਤੁਹਾਡਾ ਦਿਲ ਰੱਖਣ ਲਈ ਇਹ ਨਹੀਂ ਕਹਿ ਦੇਣਾ ਕਿ ਤੁਹਾਡੇ ਜਿਹੜੇ ਪੇਪਰ ਆ ਉਹ ਜ਼ਰੂਰ ਨਿਕਲੂਗੇ, ਜੋ ਸਹੀ ਆ ਜੋ ਸੱਚ ਆ ਕੋਟੇ ਦੇ ਹਿਸਾਬ ਦੇ ਨਾਲ ਟਾਈਮਿੰਗ ਤੁਹਾਡੀ ਥੋੜ੍ਹੀ ਜਿਹੀ ਲੇਟ ਆ, ਅਤੇ ਤੁਸੀਂ ਆਪਣੇ ਏਜੰਟ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ ਕਿ ਤੁਹਾਡੇ ਜਿਹੜੇ ਆ ਪੇਪਰ ਕੋਟੇ ਵਿੱਚ ਆਏ ਆ ਜਾਂ ਨਹੀਂ ਆਏ, ਅਤੇ ਜੇਕਰ ਪੇਪਰ ਕੋਟੇ ਵਿੱਚ ਹੈਗੇ ਆ ਫਿਰ ਇਹ ਨਿਕਲਣੇ ਆ, ਜੇਕਰ ਨਹੀਂ ਹੈਗੇ ਫਿਰ ਜਿਹੜੇ ਆ ਕਾਫੀ ਮੁਸ਼ਕਲ ਹੋ ਜਾਂਦਾ ਪੇਪਰ ਨਿਕਲਣ ਦਾ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਇਟਲੀ ਡ੍ਰੀਮ ਵੱਲੋਂ, ਅਤੇ ਇਹ ਕਹਿੰਦੇ ਹੈਗੇ ਦਸੰਬਰ ਵਾਲੇ ਪੇਪਰ ਅਪਡੇਟ, ਅਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਾਫੀ ਆਪਣੇ ਵੀਰਾਂ ਦੇ ਜਿਹੜੇ ਉਹ ਦਸੰਬਰ ਵਾਲੇ ਪੇਪਰ ਵੀ ਨਿਕਲ ਰਹੇ ਆ, ਭਾਵੇਂ ਉਹ ਸਾਲ ਵਾਲੇ ਪੇਪਰ ਆ, ਭਾਵੇਂ ਉਹ ਡੋਮੈਸਟਿਕ ਪੇਪਰ ਆ, ਅਤੇ ਭਾਵੇਂ ਉਹ 9 ਮਹੀਨੇ ਵਾਲੇ ਪੇਪਰ ਆ, ਸਾਰੇ ਪੇਪਰ ਜਿਹੜੇ ਆ ਉਹ ਦਸੰਬਰ ਵਾਲੇ ਨਿਕਲ ਰਹੇ ਆ। ਅਤੇ ਜੇਕਰ ਤੁਹਾਡੇ ਪੇਪਰ ਹਜੇ ਤੱਕ ਨਹੀਂ ਨਿਕਲੇ ਤਾਂ ਤੁਸੀਂ ਆਪਣੇ ਏਜੰਟ ਦੇ ਨਾਲ ਜਿਹੜਾ ਜ਼ਰੂਰ ਗੱਲ ਕਰ ਲਿਓ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਬਲਰਾਜ ਸੰਧੂ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਹੈਲੋ ਸਰ, ਬਰੇਸੇ ਲਈ ਕੋਈ ਅਪਡੇਟ ਸਾਲ ਵਾਲੇ ਪੇਪਰ, ਅਤੇ ਟਾਈਮਿੰਗ ਹੈਗੀ ਆ 9:04:38, ਕਹਿੰਦੇ ਕੋਈ ਚਾਂਸ ਹੈਗਾ। ਅਤੇ ਆਪਾਂ ਜਿਵੇਂ ਕਿ ਪਹਿਲਾਂ ਹੀ ਹਜੇ ਗੱਲ ਕਰਕੇ ਹਟੇ ਹਾਂ, ਬਰੇਸੇ ਦੇ ਲਈ ਜਿਹੜਾ ਸਾਲ ਵਾਲੇ ਪੇਪਰਾਂ ਦਾ ਕੋਟਾ ਹੈਗਾ ਉਹ 350 ਆ, ਅਤੇ ਜਿਹੜਾ ਸਪੈਸ਼ਲ ਇੰਡੀਆ ਵਾਲੇ ਬੰਦਿਆਂ ਦੇ ਲਈ ਕੋਟਾ ਰੱਖਿਆ ਗਿਆ ਸੀਗਾ ਅਤੇ ਉਹ ਹੈਗਾ ਜੀ 16, ਅਤੇ ਤੁਹਾਡੇ ਜਿਹੜੇ ਪੇਪਰ ਨਿਕਲਣ ਦੇ ਚਾਂਸ ਜਿਹੜੇ ਹੈਗੇ ਆ
ਅਤੇ ਤੁਸੀਂ ਹਜੇ ਥੋੜ੍ਹੀ ਜਿਹੀ ਹੋਰ ਵੇਟ ਕਰ ਲਓ ਅਤੇ ਤੁਹਾਨੂੰ ਜਿਹੜਾ ਪਤਾ ਲੱਗ ਜਾਣਾ ਤੁਹਾਡੇ ਪੇਪਰ ਜਿਹੜੇ ਆ ਨਿਕਲਣੇ ਆ ਜਾਂ ਨਹੀਂ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਰਾਜਨ ਰਾਜਪੂਤ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਮੇਰੇ ਪੇਪਰ ਨਾ ਪੋਲੀ ਤੋਂ 25 ਮਾਰਚ ਨੂੰ ਭਰ ਹੋਏ ਸੀਗੇ ਅਤੇ 9 ਮਹੀਨੇ ਵਾਲੇ ਜਿਹੜੇ ਪੇਪਰ ਇਹਨਾਂ ਦੇ ਭਰ ਹੋਏ ਸੀਗੇ, ਟਾਈਮਿੰਗ ਹੈਗੀ ਆ 9:06 ਅਤੇ 30 ਸੈਕਿੰਡ ਦੇ। ਕਹਿੰਦੇ ਹੈਗੇ ਆ ਨਿਕਲ ਜਾਊਗੇ ਤਾਂ ਜ਼ਰੂਰ ਦੱਸਿਓ, ਟੈਨਸ਼ਨ ਕਹਿੰਦੇ ਬਹੁਤ ਆ। ਅਤੇ ਨਾਪੋਲੀ ਦੇ ਵਿੱਚ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਨਾਪੋਲੀ ਦੇ ਵਿੱਚ ਬਾਰੀ ਦੇ ਵਿੱਚ ਮਿਲਾਨ ਤੋਂ ਜਿਨ੍ਹਾਂ ਨੇ ਪੇਪਰ ਭਰੇ ਹੋ ਆ ਅਤੇ ਕਾਫੀ ਚਾਂਸ ਆ ਉੱਥੋਂ ਪੇਪਰ ਨਿਕਲਣ ਦੇ। ਅਤੇ ਜੇਕਰ ਹੁਣ ਆਪਾਂ ਦੇਖ ਲਈਏ ਨਾਪੋਲੀ ਦਾ 9 ਮਹੀਨੇ ਵਾਲੇ ਪੇਪਰਾਂ ਦਾ ਕੋਟਾ ਹੈਗਾ, ਜਿਹੜੇ ਤਾਂ ਮਾਲਕ ਵੱਲੋਂ ਪੇਪਰ ਭਰ ਹੋਣੇ ਸੀ ਉਹਦਾ ਕੋਟਾ ਹੈਗਾ ਜੀ 650, ਅਤੇ ਉਸ ਤੋਂ ਬਾਅਦ ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਪੇਪਰ ਭਰ ਹੋਣੇ ਸੀਗੇ ਉਹਦਾ ਕੋਟਾ ਹੈਗਾ ਜੀ 750। ਅਤੇ ਕਾਫੀ ਆਪਣੇ ਵੀਰ ਭਰਾਵਾਂ ਦਾ ਜਿਹੜੇ ਹੈਗੇ ਆ ਮਾਰਚ ਵਾਲੇ ਜਿਹੜੇ 9 ਮਹੀਨੇ ਵਾਲੇ ਪੇਪਰ ਆ ਬਹੁਤ ਸਾਰੇ ਵੀਰਾਂ ਦੇ ਉਹ ਨਿਕਲ ਵੀ ਚੁੱਕੇ ਆ, ਅਤੇ ਤੁਹਾਡੇ ਵੀ ਜਿਹੜੇ ਪੇਪਰ ਨਿਕਲਣ ਦੇ ਚਾਂਸ ਹੈਗੇ ਆ। ਅਤੇ ਜੇਕਰ ਹਜੇ ਤੁਹਾਡੇ ਪੇਪਰ ਕੋਟੇ ਵਿੱਚ ਨਹੀਂ ਆਏ ਤਾਂ ਅਗਲੀ ਲਿਸਟ ਜਿਹੜੀ ਆਉਣੀ ਉਹਦੇ ਵਿੱਚ ਤੁਹਾਡੇ ਜਿਹੜਾ ਨਾਂ ਆ ਸਕਦਾ ਆ, ਅਤੇ ਹਜੇ ਥੋੜ੍ਹੀ ਜਿਹੀ ਤੁਸੀਂ ਹੋਰ ਵੇਟ ਕਰ ਸਕਦੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਚਿਨ ਸਚਿਨ, ਅਤੇ ਇਹਨਾਂ ਦਾ ਕਮੈਂਟ ਹੈਗਾ ਮੇਰੇ ਲੇਜੇ ਤੋਂ 21 ਮਾਰਚ ਵਾਲੇ ਪੇਪਰ ਕਹਿੰਦੇ ਭਰ ਹੋਏ ਸੀਗੇ, ਟਾਈਮਿੰਗ ਹੈਗੀ ਆ 9:03:04 ਦੇ। ਕਹਿੰਦੇ ਕੁਛ ਨਿਕਲੂਗੇ ਕਹਿੰਦੇ ਪੇਪਰ ਜਾਂ ਨਹੀਂ। ਅਤੇ ਜੇਕਰ ਆਪਾਂ ਲੇਜੇ ਦੇ ਵਿੱਚੋਂ ਦੇਖ ਲਈਏ ਕਾਫੀ ਵੀਰਾਂ ਦੇ ਜਿਹੜੇ ਉਹ ਪੇਪਰ ਨਿਕਲ ਵੀ ਰਹੇ ਆ, ਸਾਲ ਵਾਲੇ ਪੇਪਰ ਅਤੇ ਡੋਮੈਸਟਿਕ ਪੇਪਰ ਜਿਹੜੇ ਆ ਉਹ ਵੀ ਹੁਣ ਨਿਕਲਣੇ ਸ਼ੁਰੂ ਹੋ ਚੁੱਕੇ ਆ। ਲੇਜੇ ਦੇ ਵਿੱਚ ਡੋਮੈਸਟਿਕ ਪੇਪਰਾਂ ਦਾ ਕੋਟਾ ਹੈਗਾ ਆ ਜੀ 120, ਅਤੇ ਚਾਂਸ ਹੈਗੇ ਆ ਤੁਹਾਡੇ ਪੇਪਰ ਨਿਕਲਣ ਦੇ ਟਾਈਮਿੰਗ ਦੇ ਹਿਸਾਬ ਦੇ ਨਾਲ, ਤੁਹਾਡੀ ਜਿਹੜੀ ਟਾਈਮਿੰਗ ਠੀਕ ਆ ਪੇਪਰ ਤੁਹਾਡੇ ਜਿਹੜੇ ਉਹ ਨਿਕਲ ਸਕਦੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜੋਗਿੰਦਰ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀਰ ਜੀ CE ਤੋਂ ਪੇਪਰ ਜਿਹੜੇ ਭਰ ਹੋਏ ਸੀਗੇ 25/3/2024 ਨੂੰ, ਅਤੇ ਟਾਈਮਿੰਗ ਹੈਗੀ ਆ 9:09 'ਤੇ ਕਹਿੰਦੇ 50 ਸੈਕਿੰਡ 'ਤੇ ਜਿਹੜੇ ਇਹਨਾਂ ਦੇ ਪੇਪਰ ਭਰ ਹੋਏ ਸੀਗੇ, ਕਹਿੰਦੇ ਨਿਕਲ ਸਕਦੇ ਆ ਜਾਂ ਨਹੀਂ। ਅਤੇ CE ਦਾ ਮਤਲਬ ਹੁੰਦਾ ਹੈਗਾ ਜੀ ਕਸੇਰਤਾ, ਕਸੇਰਤੇ ਤੋਂ ਜਿਹੜੇ ਇਹਨਾਂ ਦੇ ਪੇਪਰ ਉਹ ਭਰ ਹੋਏ ਆ 9 ਮਹੀਨੇ ਵਾਲੇ, ਅਤੇ ਕਸੇਰਤੇ ਤੋਂ 9 ਮਹੀਨੇ ਵਾਲੇ ਪੇਪਰਾਂ ਦਾ ਕੋਟਾ ਜਿਹੜੇ ਮਾਲਕ ਵੱਲੋਂ ਪੇਪਰ ਭਰ ਹੋਏ ਸੀਗੇ ਉਹਦਾ ਕੋਟਾ ਹੈਗਾ ਜੀ 150, ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਪੇਪਰ ਉਹਦਾ ਕੋਟਾ ਹੈਗਾ ਹੈ ਜੀ 250। ਅਤੇ ਕਾਫੀ ਆਪਣੇ ਵੀਰਾਂ ਨੇ ਪਹਿਲਾਂ ਕਸੇਰਤੇ ਦੇ ਵਿੱਚੋਂ ਪੇਪਰ ਨਿਕਲੇ ਸੀਗੇ ਜਿਹੜੇ ਆਪਾਂ ਤੁਹਾਡੇ ਨਾਲ ਹੁਣ ਸਾਂਝਾ ਕਰਾਂਗੇ। ਅਤੇ ਇੱਕ ਵੀਰ ਦੇ ਨਿਕਲੇ ਸੀਗੇ ਜੱਸੇ ਦੇ, ਉਹਦੇ ਨਿਕਲੇ ਸੀ ਕਸੇਰਤੇ ਤੋਂ 9:01 'ਤੇ 9 ਮਹੀਨੇ ਵਾਲੇ, ਅਤੇ ਉਸ ਤੋਂ ਬਾਅਦ ਨਿਕਲੇ ਸੀਗੇ ਕਿਰਤ ਖਹਿਰਾ ਦੇ ਕਸੇਰਤੇ ਤੋਂ 9:23:35 'ਤੇ। ਅਤੇ ਹੋਰ ਵੀ ਜਿਹੜੇ ਆ ਕਾਫੀ ਵੀਰਾਂ ਦੇ ਜਿਹੜੇ ਇਹ ਪੇਪਰ ਨਿਕਲੇ ਸੀਗੇ ਪਹਿਲਾਂ, ਅਤੇ ਹੁਣ ਜਿਹੜੀ ਆ ਕੋਈ ਵੀ ਅਪਡੇਟ ਨਹੀਂ ਆ ਰਹੀ ਕਸੇਰਤੇ ਤੋਂ, ਪੇਪਰ ਜਿਹੜੇ ਆ ਨਿਕਲਣੇ ਥੋੜ੍ਹਾ ਜਿਹਾ ਰੁਕ ਚੁੱਕੇ ਆ। ਅਤੇ ਵੇਟ ਕਰ ਲਓ, ਜੇਕਰ ਇਸ ਵਾਰੀ ਤੁਹਾਡਾ ਕੋਟੇ ਵਿੱਚ ਨਾਂ ਨਹੀਂ ਆਇਆ ਤਾਂ ਜਿਹੜੀ ਅਗਲੀ ਲਿਸਟ ਆਊਗੀ ਉਹਦੇ ਵਿੱਚ ਤੁਹਾਡਾ ਨਾਂ ਇਹ ਆ ਸਕਦਾ ਆ। ਅਤੇ ਉਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕਪਿਲ ਕੁਮਾਰ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ 21/3/2024 ਨੂੰ ਵਿਚੈਂਜੇ ਤੋਂ ਕਹਿੰਦੇ ਕੋਈ ਅਪਡੇਟ, 9:02:30 'ਤੇ ਕਹਿੰਦੇ ਜਿਹੜੇ ਇਹਨਾਂ ਦੇ ਪੇਪਰ ਉਹ ਭਰ ਹੋਏ ਸੀਗੇ। ਅਤੇ 21 ਤਰੀਕ ਨੂੰ ਜਿਵੇਂ ਕਿ ਤੁਹਾਨੂੰ ਪਤਾ ਕਿ ਡੋਮੈਸਟਿਕ ਪੇਪਰ ਭਰ ਹੋਏ ਸੀਗੇ, ਡੋਮੈਸਟਿਕ ਪੇਪਰਾਂ ਦਾ ਕੋਟਾ ਵਿਚੈਂਸੇ ਤੋਂ ਹੈਗਾ ਹੈ ਜੀ 40, ਅਤੇ ਟਾਈਮਿੰਗ ਦੇ ਹਿਸਾਬ ਦੇ ਨਾਲ ਟਾਈਮਿੰਗ ਤੁਹਾਡੀ ਬਹੁਤ ਵਧੀਆ ਹੈ, ਪਰ ਕੋਟੇ ਦੇ ਹਿਸਾਬ ਦੇ ਨਾਲ ਟਾਈਮਿੰਗ ਜਿਹੜੀ ਕਾਫੀ ਲੇਟ ਆ। ਅਤੇ ਹੁਣ ਡਿਪੈਂਡ ਕਰਦਾ ਹੈ ਕਿ ਸਾਈਟ ਜਿਹੜੀ ਉੱਥੋਂ ਕਦੋਂ ਕੁ ਓਪਨ ਹੋਈ ਸੀਗੀ ਪੇਪਰ ਭਰਨ ਦੇ ਲਈ, ਅਤੇ ਤੁਹਾਡੇ ਚਾਂਸ ਜਿਹੜੇ ਹੈਗੇ ਆ ਹੈਗੇ ਵੀ ਹੈਗੇ ਆ ਅਤੇ ਨਹੀਂ ਵੀ ਹੈਗੇ। ਹੁਣ ਤੁਸੀਂ ਇੱਕ ਵਾਰ ਆਪਣੇ ਏਜੰਟ ਦੇ ਨਾਲ ਜਿਹੜਾ ਉਹ ਜ਼ਰੂਰ ਸੰਪਰਕ ਕਰ ਲਿਓ, ਕਿਉਂਕਿ ਤੁਹਾਡਾ ਜਿਹੜਾ ਏਜੰਟ ਆ ਉਹ ਤੁਹਾਨੂੰ ਦੱਸ ਸਕਦਾ, ਜਿਹਨੇ ਮਾਲਕ ਨੇ ਤੁਹਾਡੇ ਪੇਪਰ ਭਰੇ ਉਹ ਸਪਿੱਡ ID ਦੇ ਨਾਲ ਤੁਹਾਨੂੰ ਦੱਸ ਸਕਦਾ ਕਿ ਤੁਹਾਡੇ ਪੇਪਰ ਜਿਹੜੇ ਕੋਟੇ ਵਿੱਚ ਆਏ ਆ ਜਾਂ ਨਹੀਂ ਆਏ, ਕਿਉਂਕਿ ਟਾਈਮਿੰਗ ਤੁਹਾਡੀ ਵਧੀਆ ਆ ਪਰ ਕੋਟਾ ਜਿਹੜਾ ਉਹ ਵੀ ਕਾਫੀ ਘੱਟ ਆ। ਅਤੇ ਇੱਕ ਵਾਰ ਤੁਸੀਂ ਆਪਣੇ ਏਜੰਟ ਦੇ ਨਾਲ ਜਿਹੜਾ ਉਹ ਜ਼ਰੂਰ ਗੱਲ ਕਰ ਲਿਓ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਮਰੀਤ ਦੇਵ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਭਾਅ ਜੀ ਮੇਰੇ ਪੇਪਰ ਸਲੇਨੋ ਸਿਟੀ ਤੋਂ ਭਰ ਹੋਏ ਸੀਗੇ 2 ਦਸੰਬਰ ਨੂੰ, ਅਤੇ ਟਾਈਮਿੰਗ ਹੈਗੀ ਆ 9:01:06 'ਤੇ ਕਹਿੰਦੇ ਜਿਹੜੇ ਉਹ ਪੇਪਰ ਭਰ ਹੋਏ ਸੀਗੇ।
ਕਹਿੰਦੇ ਨਿਕਲ ਸਕਦੇ ਆ ਕਿਸੇ ਦੇ ਸਲੇਨ ਨੂੰ ਸੀ ਜਦੋਂ ਪੇਪਰ ਨਿਕਲੇ ਆ ਤਾਂ ਜ਼ਰੂਰ ਦੱਸਿਓ। ਹਾਂਜੀ ਬਿਲਕੁਲ ਜੀ, ਕਈ ਵੀਰਾਂ ਦੇ ਦਸੰਬਰ ਵਾਲੇ ਜਿਹੜੇ ਆ ਸਲੇਨ ਨੂੰ ਤੋਂ ਪੇਪਰ ਉਹ ਵੀ ਨਿਕਲੇ ਆ, ਅਤੇ ਸਲੇਰ ਨੂੰ ਤੋਂ ਜਿਹੜਾ ਆ ਕਾਫੀ ਕੋਟਾ ਹੁੰਦਾ ਆ ਪੇਪਰਾਂ ਦਾ, ਅਤੇ ਤੁਹਾਡਾ ਜਿਹੜੀ ਟਾਈਮਿੰਗ ਬਹੁਤ ਵਧੀਆ, ਅਤੇ ਤੁਹਾਡੇ ਜਿਹੜੇ ਆ ਪੇਪਰ ਜ਼ਰੂਰ ਨਿਕਲ ਸਕਦੇ ਆ। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੇ ਇਹ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਹੁੰਦੇ ਆ, ਕਈ ਵਾਰ ਇਹਨਾਂ ਨੂੰ ਕਾਫੀ ਸਮਾਂ ਲੱਗ ਜਾਂਦਾ ਹੁੰਦਾ ਨਿਕਲਣ ਨੂੰ, ਅਤੇ ਜੇਕਰ ਪੇਪਰ ਕੋਟੇ ਵਿੱਚ ਆ ਤਾਂ ਤੁਹਾਡੇ ਪੇਪਰ ਜਿਹੜੇ ਉਹ ਜ਼ਰੂਰ ਨਿਕਲੂਗੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਪ੍ਰੀਆ ਜੱਖੂ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਸੀ ਈ ਤੋਂ 18 ਮਾਰਚ ਨੂੰ ਪੇਪਰ ਕਹਿੰਦੇ ਭਰ ਹੋਏ ਸੀਗੇ ਸਾਲ ਵਾਲੇ, ਅਤੇ 9:01:47 'ਤੇ ਕਹਿੰਦੇ ਕਿੰਨਾ ਕੁ ਟਾਈਮ ਕਹਿੰਦੇ ਲੱਗ ਜਾਊਗਾ। ਅਤੇ ਜੇਕਰ ਹੁਣ ਆਪਾਂ ਦੇਖ ਲਈਏ ਸੀ ਈ, ਸੀ ਈ ਤੋਂ ਮਤਲਬ ਹੈਗਾ ਜੀ ਕਸੇਤ, ਤਾਂ ਕਸੇਤ 'ਤੇ ਤੋਂ ਤੁਹਾਡੇ ਜਿਹੜੇ ਉਹ ਪੇਪਰ ਭਰ ਹੋਏ ਆ, ਅਤੇ ਟਾਈਮਿੰਗ ਜਿਹੜੀ ਹੈਗੀ ਆ ਉਹ ਤੁਹਾਡੀ ਕਾਫੀ ਵਧੀਆ ਆ, ਅਤੇ ਕਸੇਤ ਦੇ ਵਿੱਚ ਉਹ ਸਾਲ ਵਾਲੇ ਪੇਪਰਾਂ ਦਾ ਕੋਟਾ ਹੈਗਾ ਆ ਜੀ 250, ਅਤੇ ਤੁਹਾਡੇ ਪੇਪਰ ਜਿਹੜੇ ਆ ਉਹ ਜ਼ਰੂਰ ਨਿਕਲੂਗੇ। ਅਤੇ ਜਦ ਵੀ ਤੁਹਾਡੇ ਪੇਪਰ ਨਿਕਲਦੇ ਆ ਤਾਂ ਤੁਸੀਂ ਸਾਨੂੰ ਇੱਕ ਵਾਰ ਜਿਹੜਾ ਉਹ ਸੰਪਰਕ ਜ਼ਰੂਰ ਕਰ ਸਕਦੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਗਿੱਲ YT36 ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ ਬਾਈ ਸਲੇਰ ਨੂੰ ਤੋਂ ਸਾਲ ਵਾਲੇ ਪੇਪਰ 18 ਮਾਰਚ ਨੂੰ ਭਰੇ ਸੀਗੇ, ਅਤੇ ਟਾਈਮਿੰਗ ਹੈਗੀ ਆ 9:09:50 'ਤੇ, ਅਤੇ ਕਹਿੰਦੇ ਨਿਕਲ ਆਉਣਗੇ ਜਾਂ ਨਹੀਂ, ਕਦੋਂ ਕੁ ਤੱਕ ਇਹ ਕਹਿੰਦੇ ਨਿਕਲ ਸਕਦੇ ਆ। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਸਾਲ ਵਾਲੇ ਪੇਪਰਾਂ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ, ਅਤੇ ਕਾਫੀ ਜਿਹੜਾ ਇਸ ਵਾਰ ਪ੍ਰੋਬਲਮ ਆ ਰਹੀ ਆ, ਪੇਪਰ ਜਿਹੜੀ ਪ੍ਰੋਸੈਸਿੰਗ ਜਿਹੜੀ ਆ ਕਾਫੀ ਸਲੋ ਚੱਲ ਰਹੀ ਆ, ਅਤੇ ਟਾਈਮਿੰਗ ਦੇ ਹਿਸਾਬ ਦੇ ਨਾਲ ਜੇਕਰ ਆਪਾਂ ਤੁਹਾਡਾ ਕੋਟਾ ਦੇਖ ਲਈਏ, ਜਿਹੜਾ ਕਿ ਸਲੇਰ ਨੂੰ ਤੋਂ ਸੀਗਾ ਸਾਲ ਵਾਲੇ ਪੇਪਰਾਂ ਦਾ ਕੋਟਾ, ਉਹ ਹੈਗਾ ਹੈ ਜੀ 1600, ਅਤੇ ਟਾਈਮਿੰਗ ਤੁਹਾਡੀ ਜਿਹੜੀ ਆ ਥੋੜ੍ਹੀ ਜਿਹੀ ਲੇਟ ਤਾਂ ਜ਼ਰੂਰ ਆ, ਪਰ ਕੋਟੇ ਦੇ ਹਿਸਾਬ ਦੇ ਨਾਲ ਤੁਹਾਡੇ ਜਿਹੜੇ ਪੇਪਰ ਆ ਉਹ ਜ਼ਰੂਰ ਨਿਕਲ ਸਕਦੇ ਆ। ਅਤੇ ਜਦੋਂ ਵੀ ਤੁਹਾਡੇ ਪੇਪਰ ਨਿਕਲਦੇ ਆ ਇੱਕ ਵਾਰ ਸਾਡੇ ਨਾਲ ਤੁਸੀਂ ਜਿਹੜਾ ਜ਼ਰੂਰ ਸ਼ੇਅਰ ਕਰ ਦਿਓ, ਅਤੇ ਆਪਾਂ ਉਮੀਦ ਕਰਦੇ ਹਾਂ ਕਿ ਤੁਹਾਡੇ ਜਿਹੜੇ ਪੇਪਰ ਉਹ ਜ਼ਰੂਰ ਨਿਕਲਣ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸੋਮ ਲਾਲ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਨਾ ਪੋਲੀ ਤੋਂ ਕੁਛ ਜੀ ਦਸੰਬਰ ਵਾਲੇ ਪੇਪਰਾਂ ਦਾ, ਅਤੇ ਦਸੰਬਰ ਵਾਲੇ ਜਿਹੜੇ ਆ ਪੇਪਰ ਕਾਫੀ ਵੀਰਾਂ ਨੇ ਨਿਕਲ ਵੀ ਰਹੇ ਆ, ਅਤੇ ਜੇਕਰ ਕਿਸੇ ਵੀ ਵੀਰ ਦੇ ਨਾ ਪੋਲੀ ਤੋਂ ਜਾਂ ਕਿਸੇ ਹੋਰ ਵੀ ਜ਼ਿਲ੍ਹੇ ਤੋਂ ਪੇਪਰ ਨਿਕਲਦੇ ਆ ਤਾਂ ਸਾਡੇ ਨਾਲ ਜਿਹੜਾ ਉਹ ਜ਼ਰੂਰ ਸ਼ੇਅਰ ਕਰ ਸਕਦਾ, ਤਾਂ ਜੋ ਹੋਰ ਵੀ ਜਿਹੜੇ ਆਪਣੇ ਵੀਰ ਭਰਾ ਦੇਖਦੇ ਆ ਆਪਾਂ ਨੂੰ, ਉਹਨਾਂ ਨੂੰ ਵੀ ਜਿਹੜੀ ਇੱਕ ਇਨਫੋਰਮੇਸ਼ਨ ਮਿਲ ਸਕੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜਸਵਿੰਦਰ ਸਿੰਘ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਕਹਿੰਦੇ ਹੈਗੇ ਆ ਕਿ ਮੇਰੇ ਪੇਪਰ 12 ਤੋਂ ਕਲਿੱਕ ਹੋਏ ਸੀਗੇ 9 ਮਹੀਨੇ ਵਾਲੇ, ਅਤੇ ਟਾਈਮਿੰਗ ਹੈਗੀ ਆ 9:03:51, ਕਹਿੰਦੇ ਜੀ ਦੱਸਣਾ ਜ਼ਰੂਰ। ਅਤੇ ਜਿਵੇਂ ਕਿ ਆਪਾਂ ਦੇਖ ਲਈਏ ਕਿ 12 ਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਕਾਫੀ ਕੋਟਾ ਆਉਂਦਾ 12 ਸ਼ਹਿਰ ਦਾ ਵੀ, ਅਤੇ ਜਿਹੜੇ 9 ਮਹੀਨੇ ਵਾਲੇ ਪੇਪਰਾਂ ਦਾ ਕੋਟਾ ਸੀਗਾ 12 ਦੇ ਵਿੱਚ ਜਿਹੜੇ ਮਾਲਕਾਂ ਵੱਲੋਂ ਪੇਪਰ ਭਰ ਹੋਣੇ ਸੀਗੇ ਉਹਦਾ ਕੋਟਾ ਹੈਗਾ ਜੀ 2000, ਅਤੇ ਉਸ ਤੋਂ ਬਾਅਦ ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਪੇਪਰ ਭਰ ਹੋਣੇ ਸੀਗੇ ਉਹ ਕੋਟਾ ਹੈਗਾ ਜੀ 300। ਅਤੇ ਕਾਫੀ ਚਾਂਸ ਆ ਜਿਹੜੇ ਵੀਰਾਂ ਨੇ 12 ਤੋਂ ਪੇਪਰ ਭਰਾਇਓ ਆ, ਅਤੇ ਤੁਹਾਡੀ ਜਿਹੜੀ ਟਾਈਮਿੰਗ ਬਹੁਤ ਵਧੀਆ ਅਤੇ ਕੋਟਾ ਜਿਹੜਾ ਬਹੁਤ ਜ਼ਿਆਦਾ ਆ, ਅਤੇ ਤੁਹਾਡੇ ਜਿਹੜੇ ਪੇਪਰ ਆ ਉਹ ਜ਼ਰੂਰ ਨਿਕਲੂਗੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜਸਪ੍ਰੀਤ ਕੌਰ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਹੈਲੋ ਵੀਰ ਜੀ ਲਤੀਨਾ ਦਾ ਕਿੰਨਾ ਕੋਟਾ ਆ 9 ਮੰਥ ਵਾਲੇ ਪੇਪਰਾਂ ਦਾ। ਅਤੇ ਜੇਕਰ ਆਪਾਂ ਦੇਖ ਲਈਏ ਲਤੀਨਾ ਦੇ ਵਿੱਚ ਕਾਫੀ ਵੀਰਾਂ ਨੇ ਪੇਪਰ ਭਰਾਇਓ ਸੀਗੇ, ਅਤੇ ਬਹੁਤ ਸਾਰੇ ਜਿਹੜੇ ਪੇਪਰ ਆ ਉਹ ਨਿਕਲ ਵੀ ਚੁੱਕੇ ਆ 9 ਮਹੀਨੇ ਵਾਲੇ, ਅਤੇ ਲਤੀਨਾ ਦੇ ਵਿੱਚੋਂ 9 ਮਹੀਨੇ ਵਾਲੇ ਪੇਪਰਾਂ ਦਾ ਕੋਟਾ ਜਿਹੜੇ ਮਾਲਕ ਵੱਲੋਂ ਪੇਪਰ ਭਰ ਹੋਏ ਆ ਜੀ ਉਹਦਾ ਕੋਟਾ ਹੈਗਾ ਆ 500, ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਪੇਪਰ ਭਰ ਹੋਏ ਆ ਉਹਦਾ ਕੋਟਾ ਹੈਗਾ ਆ ਜੀ 1500। ਅਤੇ ਕਾਫੀ ਜਾਣਿਆਂ ਨੇ ਪੇਪਰ ਭਰਾਇਓ ਆ, ਅਤੇ ਬਹੁਤ ਸਾਰੇ ਜਿਹੜੇ ਉਹ ਪੇਪਰ ਆ ਨਿਕਲ ਵੀ ਚੁੱਕੇ ਆ। ਅਤੇ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਕਿ ਕਿਹੜੇ ਵੀਰਾਂ ਦੇ ਜਿਹੜੇ ਆ ਲਤੀਨਾ ਤੋਂ ਪੇਪਰ ਨਿਕਲੇ ਆ। ਅਤੇ ਇੱਕ ਵੀਰ ਸੀਗਾ ਪਰਮਜੀਤ ਢਿੱਲੋਂ, ਉਹਨਾਂ ਦੇ ਪੇਪਰ ਨਿਕਲੇ ਸੀਗੇ ਲਤੀਨਾ ਤੋਂ 9:21 'ਤੇ। ਅਤੇ ਇਹਨਾਂ ਦੇ ਜਿਹੜੇ ਪੇਪਰ ਆ ਪਹਿਲੇ ਸਮੇਂ ਦੇ ਵਿੱਚ ਨਿਕਲੇ ਸੀ ਜਦੋਂ ਜਿਹੜੇ ਇਹ ਪੇਪਰ 9 ਮਹੀਨੇ ਵਾਲੇ ਨਿਕਲਣੇ ਸ਼ੁਰੂ ਹੋ ਚੁੱਕੇ ਸੀਗੇ, ਅਤੇ ਹਜੇ ਜਿਹੜੀ ਆ ਹੁਣ ਕੋਈ ਵੀ ਅਪਡੇਟ ਨਹੀਂ ਆਈ ਲਤੀਨਾ ਤੋਂ। ਅਤੇ ਜੇਕਰ ਕਿਸੇ ਦੇ ਵੀ ਵੀਰ ਦੇ ਪੇਪਰ ਨਿਕਲਦੇ ਆ ਤਾਂ ਸਾਡੇ ਨਾਲ ਜਿਹੜਾ ਉਹ ਜ਼ਰੂਰ ਸ਼ੇਅਰ ਕਰ ਸਕਦਾ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਪ੍ਰਵੀਨ ਕੌਰ ਵੱਲੋਂ,
ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਸਾਡੇ 2/12/2023 ਨੂੰ ਨਾਪੋਲੀ ਤੋਂ ਪੇਪਰ ਫੇਲ ਹੋਏ ਸੀਗੇ, ਕਹਿੰਦੇ ਕੋਈ ਚਾਂਸ ਹੈਗੇ ਨਿਕਲਣ ਦੇ? ਅਤੇ ਚਾਂਸ ਜਿਹੜੇ ਹੈਗੇ ਉਹ ਡਿਪੈਂਡ ਕਰਦੇ ਆ ਤੁਹਾਡੀ ਟਾਈਮਿੰਗ ਦੇ ਉੱਤੇ, ਅਤੇ ਕਿਉਂਕਿ ਠੀਕ 9 ਵਜੇ ਜਿਹੜੇ ਇਹ ਪੇਪਰ ਆ ਭਾਨੇ ਸ਼ੁਰੂ ਹੋ ਚੁੱਕੇ ਸੀਗੇ, ਅਤੇ ਜਿੰਨੀ ਟਾਈਮਿੰਗ ਤੁਹਾਡੀ ਲੇਟ ਆ 9 ਤੋਂ ਬਾਅਦ, ਅਤੇ ਉਨੇ ਜਿਹੜੇ ਆ ਚਾਂਸ ਆ ਜਿਹੜੇ ਉਹ ਘੱਟਦੇ ਜਾਂਦੇ ਆ। ਅਤੇ ਜੇਕਰ ਆਪਾਂ ਦੇਖ ਲਈਏ ਨਾਪੋਲੀ ਦੇ ਵਿੱਚੋਂ ਜਿਹੜੇ 2 ਤਰੀਕ ਨੂੰ ਜਿਹੜੇ ਸਾਲ ਵਾਲੇ ਪੇਪਰ ਭਰ ਹੋਏ ਸੀਗੇ, ਉਹਦਾ ਕੋਟਾ ਹੈਗਾ ਜੀ 1200। ਅਤੇ ਜੇਕਰ ਤੁਹਾਡੀ ਟਾਈਮਿੰਗ ਵਧੀਆ ਤਾਂ ਕਾਫੀ ਜਿਹੜੇ ਚਾਂਸ ਆ ਤੁਹਾਡੇ ਪੇਪਰ ਨਿਕਲਣ ਦੇ। ਅਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੇ ਸਾਲ ਵਾਲੇ ਪੇਪਰ ਹੁੰਦੇ ਇਹਨਾਂ ਨੂੰ ਕਈ ਵਾਰ ਟਾਈਮ ਲੱਗ ਜਾਂਦਾ ਹੁੰਦਾ ਨਿਕਲਣ ਨੂੰ, ਜੇਕਰ ਤੁਹਾਡੇ ਜਿਹੜੇ ਪੇਪਰ ਆ ਕੋਟੇ ਵਿੱਚ ਆਏ ਆ ਤਾਂ ਤੁਹਾਡੇ ਜਿਹੜੇ ਉਹ ਪੇਪਰ ਉਹ ਜ਼ਰੂਰ ਨਿਕਲੂਗੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਦਲਜੀਤ ਸਿੰਘ ਬੈਂਸ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆਨਾ 'ਚੋਂ ਪੇਪਰ ਇਹਨਾਂ ਨੇ ਭਰਾਏ ਸੀਗੇ 18/3/2024 ਨੂੰ ਜਿਹੜੇ ਸਾਲ ਵਾਲੇ ਪੇਪਰ ਸੀ, ਅਤੇ ਟਾਈਮਿੰਗ ਹੈਗੀ ਆ 9:07 ਤੇ 8 ਸੈਕਿੰਡ 'ਤੇ ਕਹਿੰਦੇ ਪੇਪਰ ਭਰ ਹੋਏ ਸੀਗੇ, ਦੱਸਿਓ ਕਿ ਚਾਂਸ ਹੈਗਾ ਆ? ਅਤੇ ਜਿਹੜੇ ਇਹਨਾਂ ਨੇ ਪੇਪਰ ਭਰਾਏ ਸੀਗੇ ਆਨਾ ਤੋਂ, ਅਤੇ ਆਨਾ ਦੇ ਸਾਲ ਵਾਲੇ ਪੇਪਰਾਂ ਦਾ ਕੋਟਾ ਹੈਗਾ ਜੀ ਸਿਰਫ 5। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਸਪੈਸ਼ਲ ਕੋਟਾ ਰੱਖਿਆ ਗਿਆ ਸੀਗਾ ਸਾਲ ਵਾਲੇ ਪੇਪਰਾਂ ਦੇ ਲਈ, ਅਤੇ ਆਨਾ ਦੇ ਲਈ ਉਹ ਕੋਟਾ ਹੈਗਾ ਆ ਜੀ 0। ਅਤੇ ਟਾਈਮਿੰਗ ਜਿਹੜੀ ਤੁਹਾਡੀ ਕਾਫੀ ਜ਼ਿਆਦਾ ਲੇਟ ਆ, ਅਤੇ ਬਹੁਤ ਘੱਟ ਚਾਂਸ ਆ ਜੀ ਤੁਹਾਡੇ ਪੇਪਰ ਨਿਕਲਣ ਦੇ। ਅਤੇ ਕਿਉਂਕਿ ਅਸੀਂ ਤੁਹਾਨੂੰ ਜ਼ਰੂਰ ਇੱਕ ਸੱਚਾਈ ਦੱਸਣੀ ਹੁੰਦੀ ਆ, ਕਿਉਂਕਿ ਇਸ ਤਰੀਕੇ ਨਾਲ ਤੁਸੀਂ ਏਜੰਟਾਂ ਨੂੰ ਪੈਸੇ ਦੇਣ ਤੋਂ ਜਿਹੜੇ ਉਹ ਬਚ ਸਕਦੇ ਆ, ਕਿਉਂਕਿ ਕਈ ਏਜੰਟ ਕਹਿ ਦਿੰਦੇ ਆ ਕਿ ਤੁਹਾਡੇ ਜਿਹੜੇ ਆ ਪੇਪਰ ਕੋਟੇ ਵਿੱਚ ਆ ਚੁੱਕੇ ਆ, ਅਤੇ ਤੁਸੀਂ ਸਾਨੂੰ ਪੈਸੇ ਦੇ ਦਿਓ, ਅਤੇ ਤੁਹਾਡੇ ਜਿਹੜੇ ਪੇਪਰ ਆ 100% ਚਾਂਸ ਹੈਗੇ ਆ ਨਿਕਲਣ ਦੇ। ਅਤੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਇੱਕ ਸਮਝ ਸਕਦੇ ਆ ਕਿ ਕਿੰਨੇ ਕੁ ਚਾਂਸ ਆ ਪੇਪਰ ਨਿਕਲਣ ਦੇ, ਕਿਉਂਕਿ ਜੇਕਰ ਕੋਟਾ ਹੀ ਘੱਟ ਆ ਤਾਂ ਬਹੁਤ ਜਿਹੜੇ ਘੱਟ ਚਾਂਸ ਹੁੰਦੇ ਪੇਪਰ ਨਿਕਲਣ ਦੇ। ਅਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਏਜੰਟਾਂ ਨੂੰ ਪੈਸੇ ਦੇਣ ਤੋਂ ਬਚ ਸਕਦੇ ਆ, ਅਤੇ ਕਦੇ ਵੀ ਆਪਣੇ ਏਜੰਟਾਂ ਨੂੰ ਪਹਿਲਾਂ ਪੈਸੇ ਜਿਹੜੇ ਉਹ ਨਾ ਦਿਆ ਕਰੋ, ਅਤੇ ਹਮੇਸ਼ਾ ਪੈਸੇ ਤੁਸੀਂ ਏਜੰਟ ਨੂੰ ਉਦੋਂ ਦਿਆ ਕਰੋ ਜਦੋਂ ਤੁਹਾਡੇ ਹੱਥ ਵਿੱਚ ਨੂਲਾ ਉਸਤ ਆ ਜਾਂਦਾ, ਅਤੇ ਉਸ ਦੇ ਨਾਲ ਨਾਲ ਜਿਹੜੇ ਕਿ ਨਿਊ ਰਿਕੁਆਇਰਮੈਂਟ ਸੀਗੀ ਅੰਬੈਸੀ ਨੂੰ ਜਿਹੜੇ ਨਿਊ ਰਿਕੁਆਇਰਮੈਂਟ ਅਪਲੋਡ ਕੀਤੀ ਸੀਗੀ ਉਹਦੇ ਨਾਲ ਜਿਹੜੇ ਪੇਪਰ ਚਾਹੀਦੇ ਸੀਗੇ, ਅਤੇ ਜਦੋਂ ਉਹ ਤੁਹਾਡੇ ਸਾਰੇ ਪੇਪਰ ਹੱਥ ਦੇ ਵਿੱਚ ਆ ਜਾਂਦੇ ਆ, ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਏਜੰਟ ਨੂੰ ਪੈਸੇ ਦੇ ਸਕਦੇ ਆ। ਅਤੇ ਇਸ ਤੋਂ ਬਾਅਦ ਹੁਣ ਵੱਧਦੇ ਹੈਗੇ ਜੀ ਆਪਾਂ ਅਗਲੇ ਕਮੈਂਟ ਵੱਲ। ਅਗਲਾ ਕਮੈਂਟ ਹੈਗਾ ਦਿਲਪ੍ਰੀਤ ਸਿੰਘ ਵੱਲੋਂ, ਅਤੇ ਕਹਿੰਦੇ ਹੈਗੇ ਵੀਰ ਜੀ SACT ਤੋਂ ਸਾਲ ਵਾਲੇ ਪੇਪਰ ਭਰੇ ਸੀਗੇ, ਟਾਈਮਿੰਗ ਹੈਗੀ ਆ 9:20:04, ਅਤੇ ਕਹਿੰਦੇ ਹੈਗੇ ਆ ਕਿ ਕੋਈ ਜਿਹੜਾ ਕੁਝ ਵੀ ਨਹੀਂ ਦੱਸ ਰਿਹਾ, ਅਤੇ ਤੁਸੀਂ ਇੱਕ ਵਾਰ ਜਿਹੜਾ ਜ਼ਰੂਰ ਦੱਸ ਦਿਓ ਕਿ ਪੇਪਰ ਜਿਹੜੇ ਹੈਗੇ ਉਹ ਨਿਕਲੂਗੇ ਜਾਂ ਨਹੀਂ। ਅਤੇ SA ਦਾ ਮਤਲਬ ਹੈਗਾ ਜੀ ਸਲੇਰ ਨੂੰ ਤੋਂ ਤੁਹਾਡੇ ਜਿਹੜੇ ਉਹ ਪੇਪਰ ਭਰ ਹੋਏ ਆ, ਅਤੇ ਟਾਈਮਿੰਗ ਜਿਹੜੀ ਆ ਤੁਹਾਡੀ ਉਹ ਲੇਟ ਤਾਂ ਜ਼ਰੂਰ ਆ, ਪਰ ਸਲੇਰ ਨੂੰ ਦੇ ਕੋਟੇ ਦੇ ਹਿਸਾਬ ਦੇ ਨਾਲ ਤੁਹਾਡੇ ਜਿਹੜੇ ਪੇਪਰ ਆ ਉਹ ਜ਼ਰੂਰ ਨਿਕਲ ਸਕਦੇ ਆ। ਅਤੇ ਕਾਫੀ ਵੀਰਾਂ ਨੇ ਜਿਹੜੇ ਹੈਗੇ ਆ 9 ਮਹੀਨੇ ਵਾਲੇ ਪੇਪਰ ਨਿਕਲੇ ਆ ਸਲੇਰ ਨੂੰ ਤੋਂ, ਅਤੇ ਸਾਲ ਵਾਲੇ ਜਿਹੜੇ ਅਤੇ ਡੋਮੈਸਟਿਕ ਪੇਪਰ ਆ ਵੀ ਹੁਣ ਜਲਦੀ ਜਿਹੜੇ ਆ ਨਿਕਲਣੇ ਸ਼ੁਰੂ ਹੋ ਜਾਣੇ ਆ। ਅਤੇ ਜਿਹੜੇ ਵੀ ਵੀਰ ਦੇ ਪੇਪਰ ਨਿਕਲਦੇ ਆ ਇੱਕ ਵਾਰ ਸਾਡੇ ਨਾਲ ਜਿਹੜਾ ਉਹ ਜ਼ਰੂਰ ਸ਼ੇਅਰ ਕਰ ਸਕਦਾ ਆ। ਅਤੇ ਜੇਕਰ ਹੁਣ ਆਪਾਂ ਦੇਖ ਲਈਏ ਸਲੇਰ ਨੂੰ ਦਾ ਜਿਹੜੇ ਸਾਲ ਵਾਲੇ ਪੇਪਰਾਂ ਦਾ ਕੋਟਾ ਹੈਗਾ ਆ ਜੀ 1600, ਅਤੇ ਟਾਈਮਿੰਗ ਤੁਹਾਡੀ ਥੋੜ੍ਹੀ ਜਿਹੀ ਲੇਟ ਤਾਂ ਜ਼ਰੂਰ ਆ, ਪਰ ਤੁਹਾਡੇ ਜਿਹੜੇ ਉਹ ਪੇਪਰ ਨਿਕਲ ਸਕਦੇ ਆ। ਅਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਇੱਕ ਆਪਣੇ ਵੀਰ ਨੇ ਆਪਾਂ ਨਾਲ ਸ਼ੇਅਰ ਕੀਤਾ ਸੀਗਾ, ਉਹਨਾਂ ਦੀ ਵੀ ਟਾਈਮਿੰਗ ਜਿਹੜੀ ਕਾਫੀ ਲੇਟ ਸੀਗੀ, ਅਤੇ ਹੋ ਸਕਦਾ ਕਿ ਸਲੇਰ ਨੂੰ ਤੋਂ ਜਿਹੜੀ ਆ ਸਾਲ ਵਾਲੇ ਪੇਪਰਾਂ ਦੇ ਲਈ ਜਿਹੜੀ ਸਾਈਟ ਆ ਉਹ ਥੋੜ੍ਹੀ ਜਿਹੀ ਲੇਟ ਓਪਨ ਹੋਈ ਹੋਵੇ, ਅਤੇ ਤੁਹਾਡੇ ਜਿਹੜੇ ਹੈਗੇ ਆ ਚਾਂਸ ਬਿਲਕੁਲ। ਅਤੇ ਹਜੇ ਤੁਸੀਂ ਥੋੜ੍ਹੀ ਜਿਹੀ ਵੇਟ ਕਰ ਲਓ, ਅਤੇ ਬਾਅਦ ਦੇ ਵਿੱਚ ਆਪਣੇ ਏਜੰਟ ਨੂੰ ਜ਼ਰੂਰ ਪੁੱਛ ਲਿਓ ਕਿ ਤੁਹਾਡੇ ਜਿਹੜੇ ਪੇਪਰ ਕੋਟੇ ਵਿੱਚ ਆਏ ਆ ਜਾਂ ਨਹੀਂ। ਅਤੇ ਜੇਕਰ ਤੁਹਾਡਾ ਏਜੰਟ ਤੁਹਾਡੇ ਕੋਲੋਂ ਪੈਸੇ ਮੰਗਦਾ ਤਾਂ ਪੈਸੇ ਹਜੇ ਆਪਣੇ ਏਜੰਟ ਨੂੰ ਤੁਸੀਂ ਬਿਲਕੁਲ ਵੀ ਨਾ ਦਿਓ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਾਹਿਬ ਸਿੰਘ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਵੀਰ ਜੀ ਮੇਰੇ ਪੇਪਰ 18 ਮਾਰਚ ਨੂੰ ਭਰ ਹੋਏ ਸੀਗੇ ਨਾਪੋਲੀ ਤੋਂ, ਟਾਈਮਿੰਗ ਹੈਗੀ ਆ 9:01:19 ਦੇ, ਕਹਿੰਦੇ ਨਿਕਲ ਜਾਊਗੇ ਅਤੇ ਕਦੋਂ ਕੁ ਤੱਕ ਜਿਹੜੇ ਕਹਿੰਦੇ ਇਹ ਪੇਪਰ ਨਿਕਲ ਸਕਦੇ ਆ? ਅਤੇ ਜੇਕਰ ਆਪਾਂ ਦੇਖ ਲਈਏ ਹੁਣ ਨਾਪੋਲੀ ਤੋਂ ਸਾਲ ਵਾਲੇ ਪੇਪਰਾਂ ਦਾ 18 ਤਰੀਕ ਨੂੰ ਜਿਹੜੇ ਪੇਪਰ ਭਰ ਹੋਏ ਸੀਗੇ ਉਹਦਾ ਕੋਟਾ ਹੈਗਾ ਜੀ 1200, ਅਤੇ ਟਾਈਮਿੰਗ ਤੁਹਾਡੀ ਬਹੁਤ ਵਧੀਆ, ਤੁਹਾਡੇ ਪੇਪਰ ਜਿਹੜੇ ਆ ਜ਼ਰੂਰ ਨਿਕਲੂਗੇ। ਅਤੇ ਹਜੇ ਜਿਹੜੇ ਹੈਗੇ ਆ ਨਾਪੋਲੀ ਤੋਂ ਇਹ ਸਾਲ ਵਾਲੇ ਪੇਪਰ ਆ ਜਿਹੜੇ ਹਜੇ ਨਹੀਂ ਨਿਕਲੇ,
ਪਰ ਜਲਦੀ ਇਹ ਪੇਪਰ ਜਿਹੜੇ ਹੈਗੇ ਆ ਉਹ ਨਿਕਲਣੇ ਸ਼ੁਰੂ ਹੋ ਜਾਣੇ ਆ, ਤੁਸੀਂ ਥੋੜ੍ਹੀ ਜਿਹੀ ਵੇਟ ਹੋਰ ਕਰ ਲਓ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹਰਪ੍ਰੀਤ ਕੌਰ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਨਾਪੋਲੀ ਤੋਂ 12 ਦਸੰਬਰ ਨੂੰ ਪੇਪਰ ਭਰ ਹੋਏ ਸੀਗੇ ਜਿਹੜੇ ਕਿ 9 ਮਹੀਨੇ ਵਾਲੇ ਪੇਪਰ ਸੀਗੇ, ਅਤੇ ਟਾਈਮਿੰਗ ਹੈਗੀ ਆ 9:04 ਅਤੇ ਕਹਿੰਦੇ 47 ਸੈਕਿੰਡ 'ਤੇ ਇਹਨਾਂ ਦੇ ਜਿਹੜੇ ਉਹ ਪੇਪਰ ਭਰ ਹੋਏ ਸੀਗੇ। ਅਤੇ ਕਹਿੰਦੇ ਹੈਗੇ ਆ ਕਿ ਕੋਈ ਚਾਂਸ ਹੈਗੇ ਆ ਨਿਕਲਣ ਦੇ ਜਾਂ ਨਹੀਂ? ਅਤੇ ਹਾਂਜੀ ਬਿਲਕੁਲ, ਤੁਹਾਡੇ ਪੇਪਰ ਜਿਹੜੇ ਆ ਨਿਕਲ ਸਕਦੇ ਆ, ਅਤੇ ਕਾਫੀ ਬਿਨਾਂ ਦੇ ਜਿਹੜੇ ਉਹ ਪੇਪਰ ਨਿਕਲ ਵੀ ਰਹੇ ਆ। ਅਤੇ ਬਾਕੀ ਇੱਕ ਵਾਰ ਆਪਣੇ ਤੁਸੀਂ ਏਜੰਟ ਦੇ ਨਾਲ ਜਿਹੜਾ ਉਹ ਜ਼ਰੂਰ ਗੱਲ ਕਰ ਲਿਓ। ਅਤੇ ਬਾਕੀ ਜੇ ਗੱਲ ਕੀਤੀ ਜਾਵੇ ਪੇਪਰਾਂ ਦੀ, ਤਾਂ ਦਸੰਬਰ ਵਾਲੇ ਜਿਹੜੇ ਪੇਪਰ ਆ ਉਹ ਵੀ ਹਜੇ ਕਾਫੀ ਬੀਲਾਂ ਨੇ ਜਿਹੜੇ ਉਹ ਨਿਕਲਣ ਤੋਂ ਪਏ ਆ, ਅਤੇ ਕਾਫੀ ਜਿਹੜੇ ਪੇਪਰ ਆ ਉਹ ਨਿਕਲ ਵੀ ਰਹੇ ਆ। ਹਾਂਜੀ, ਅਤੇ ਇਹ ਸੀਗੀ ਆਪਣੀ ਅੱਜ ਦੀ ਇਹ ਵੀਡੀਓ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਵਾਬ ਪੁੱਛ ਸਕਦੇ ਆ। ਅਤੇ ਜੇਕਰ ਤੁਹਾਡੇ ਕਮੈਂਟ ਦਾ ਜਵਾਬ ਵੀਡੀਓ ਦੇ ਵਿੱਚ ਨਹੀਂ ਹੈਗਾ, ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਤੇ ਜਾ ਕੇ ਫੋਲੋ ਕਰਕੇ ਉੱਥੇ ਜਾ ਕੇ ਆਪਣਾ ਕੋਈ ਵੀ ਮੈਸੇਜ ਦੇ ਵਿੱਚ ਸਵਾਲ ਜਵਾਬ ਪੁੱਛ ਸਕਦੇ ਆ, ਅਤੇ ਉੱਥੇ ਆਪਾਂ ਤੁਹਾਡੇ ਸਵਾਲ ਦਾ ਜਿਹੜਾ ਜਲਦੀ ਤੋਂ ਜਲਦੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਲਿੰਕ ਉਹਦਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਹੈ, ਅਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ। ਅਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ, ਅਤੇ ਜਲਦੀ ਮਿਲਦੇ ਆ ਹੁਣ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ।